ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਹੀ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਵਾਂਗੇ। ਫਿਲਮ ਜਗਤ ਦੀ ਜਦੋਂ ਗੱਲ ਚੱਲਦੀ ਹੈ ਤਾਂ ਹਮੇਸ਼ਾ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਦੋ ਧਾਰਾਵਾਂ ਫਿਲਮੀ ਦੁਨੀਆ ਵਿੱਚ ਕੰਮ ਕਰਦੀਆਂ ਨੇ। ਇੱਕ ਧਾਰਾ ਉਹਨਾਂ ਲੋਕਾਂ ਦੀ ਜਿਨ੍ਹਾਂ ਲਈ ਫਿਲਮ ਸਿਰਫ ਅਤੇ ਸਿਰਫ ਇੱਕ ਸਸਤੇ ਮਨੋਰੰਜਨ ਦਾ ਸਾਧਨ ਹੈ, ਵਪਾਰ ਦਾ ਅਤੇ ਮੁਨਾਫੇ ਦਾ। ਦੂਜੀ ਧਾਰਾ ਉਹਨਾਂ ਲੋਕਾਂ ਦੀ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਫਿਲਮ ਜਿਹੜੀ ਹੈ ਉਹ ਜਾਗਰੂਕਤਾ ਪੈਦਾ ਕਰਨ ਦਾ ਇੱਕ ਸੰਦ ਹੈ ਔਰ ਨਾਲ ਹੀ ਸਿਨੇਮਾ ਲੋਕਾਂ ਲਈ ਹੈ। ਦੂਜੀ ਧਾਰਾ ਨਾਲ ਜੁੜੇ ਹੋਏ ਸ਼ੀਆ ਸ਼ਖਸੀਅਤਾਂ ਵਿੱਚੋਂ ਇੱਕ ਨੇ ਰਾਜੀਵ ਕੁਮਾਰ, ਜਿਹੜੇ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਅੱਜ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ, ਸਾਡੇ ਸਟੂਡੀਓ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਨੇ। ਰਾਜੀਵ ਕੁਮਾਰ ਜੀ ਨੇ ਆਪਣਾ ਸਫ਼ਰ ਫਿਲਮੀ ਜਗਤ ਦੇ ਵਿੱਚ ਆਪਣਾ ਪਾਸ਼ ਦਸਤਾਵੇਜ਼ੀ ਫਿਲਮ ਤੋਂ ਸ਼ੁਰੂ ਕੀਤਾ। ਇਹ ਉਹਨਾਂ ਦਾ ਪਹਿਲਾ ਤਜਰਬਾ ਸੀ ਜਿਹੜਾ ਬੜਾ ਕਾਮਯਾਬ ਰਿਹਾ। ਜਿਸ ਤਰੀਕੇ ਨਾਲ ਇਹ ਫਿਲਮ ਉਹਨਾਂ ਨੇ ਬਣਾਈ, ਇਹ ਆਪਣੇ ਆਪ ਵਿੱਚ ਇੱਕ ਖੋਜ ਦਾ ਵਿਸ਼ਾ ਬਣ ਸਕਦੀ ਹੈ। ਇਸ ਵੇਲੇ ਰਾਜੀਵ ਕੁਮਾਰ ਜੀ ਕਾਫ਼ੀ ਚਰਚਿਤ ਨੇ, ਖਾਸ ਤੌਰ 'ਤੇ ਉਹਨਾਂ ਦੀ ਨਾਬਰ ਫਿਲਮ ਬੜੀ ਚਰਚਿਤ ਹੋਈ ਹੈ, ਜਿਸ ਨੂੰ ਕੌਮੀ ਪੁਰਸਕਾਰ ਵੀ ਮਿਲਿਆ। ਨਾਬਰ ਫਿਲਮ ਦੇ ਵਿਸ਼ੇਸ਼ ਸ਼ੋਅ ਦੀ ਖਾਤਰ ਉਹ ਵੈਨਕੂਵਰ ਦੀ ਧਰਤੀ 'ਤੇ ਪਹੁੰਚੇ ਨੇ, ਉੱਥੇ ਨਾਲ ਹੀ ਆਪਣਾ ਪਾਸ਼ ਦਸਤਾਵੇਜ਼ ਫਿਲਮ 'ਤੇ ਵੀ ਚਰਚਾ ਹੋ ਰਹੀ ਹੈ। ਸੋ ਅੱਜ ਦੇ ਪ੍ਰੋਗਰਾਮ 'ਚ ਅਸੀਂ ਰਾਜੀਵ ਕੁਮਾਰ ਨੂੰ ਸ਼ਾਮਿਲ ਕਰਾਂਗੇ ਔਰ ਇਸ ਸਮੇਂ ਇੱਕ ਜਿਹੜਾ ਲੋਕ ਪੱਖੀ ਸਿਨੇਮਾ, ਉਸਦੀ ਕੀ ਲੋੜ ਹੈ, ਉਸਦੀਆਂ ਕੀ ਸਮੱਸਿਆਵਾਂ ਨੇ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਉਸਦੇ ਸਾਹਮਣੇ, ਇੱਦਾਂ ਦੇ ਕੁਛ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਹੋਵੇਗਾ। ਰਾਜੀਵ ਕੁਮਾਰ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਹੈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਦਰਸ਼ਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਦਾ ਮੌਕਾ ਦੇ ਰਹੇ ਹੋ। ਰਾਜੀਵ ਕੁਮਾਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵਧਾਈ ਦੇਣੀ ਚਾਹੁੰਦੇ ਹਾਂ ਨਾਬਰ ਫਿਲਮ ਨੂੰ ਜਿਹੜਾ ਪੁਰਸਕਾਰ ਮਿਲਿਆ ਉਸਦੇ ਲਈ ਔਰ ਜਿਹੜਾ ਤੁਸੀਂ ਹੁਣ ਤੱਕ ਇੰਨੀ ਘੱਟ ਉਮਰ ਦੇ ਵਿੱਚ ਇਸ ਸੰਸਾਰ ਵਿੱਚ ਜਾਂ ਇਸ ਜਿਹੜਾ ਫਿਲਮੀ ਜਗਤ ਦੇ ਵਿੱਚ ਜਿਹੜਾ ਸਫ਼ਰ ਤੈਅ ਕੀਤਾ ਉਸਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੀ ਸ਼ੁਰੂਆਤ ਇਸ ਫੀਲਡ ਵਿੱਚ ਕਦੋਂ ਹੋਈ, ਖਾਸ ਤੌਰ 'ਤੇ ਆਪਣਾ ਪਾਸ਼ ਤੋਂ ਜੇ ਅਸੀਂ ਸ਼ੁਰੂ ਕਰੀਏ, ਕਿਉਂਕਿ ਤੁਹਾਡਾ ਉਹ ਪਹਿਲਾ ਤਜਰਬਾ ਸੀ, ਪਹਿਲਾ ਤੁਹਾਡਾ ਇੱਕ ਕਾਮਯਾਬ ਤਜਰਬਾ ਮੈਂ ਕਹਾਂਗਾ। ਸੋ ਸਾਨੂੰ ਉਸਦੇ ਬਾਰੇ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਸ਼ੁਰੂਆਤ ਹੋਈ ਤੁਹਾਡੀ। ਮੇਰੀ ਗੁਰਪ੍ਰੀਤ ਜੀ ਰੰਗਮੰਚ ਦੀ ਬੈਕਗ੍ਰਾਊਂਡ ਹੈ। ਅਸੀਂ ਅੱਜ ਤੋਂ 25 ਸਾਲ ਪਹਿਲਾਂ ਲੋਕ ਕਲਾ ਮੰਚ ਮੰਡੀ ਮੁਲਾਪੁਰ ਇੱਕ ਨਾਟਕ ਗਰੁੱਪ ਬਣਾਇਆ ਸੀ ਜਿਹੜਾ 25 ਸਾਲਾਂ ਤੋਂ ਬਹੁਤ ਸਕਸੈਸਫੁਲੀ ਕੰਮ ਕਰ ਰਿਹਾ ਹੈ। ਅਤੇ ਨਾਟਕ ਕਰਨ ਦਾ ਸਾਡਾ ਮਕਸਦ ਇਹ ਸੀ ਕਿ ਸਮਾਜ ਦੇ ਵਿੱਚ ਜੋ ਨਾਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ਼ ਲੋਕਾਂ ਨੂੰ ਅਸੀਂ ਚੇਤੰਨ ਕਰੀਏ, ਜੋ ਲੋਕਾਂ ਨਾਲ ਵਧੀਕੀਆਂ ਹੁੰਦੀਆਂ ਨੇ ਉਹਨਾਂ ਦੇ ਖਿਲਾਫ਼ ਉਹਨਾਂ ਨੂੰ ਚੇਤੰਨ ਕਰੀਏ ਕਿ ਤੁਹਾਡੇ ਨਾਲ ਇਹ ਮਾੜਾ ਹੋ ਰਿਹਾ, ਜੋ ਵੀ ਜਿੱਦਾਂ ਦੀ ਵੀ ਸਾਡੀ ਸਮਝ ਸੀ। ਤਾਂ ਸਾਡਾ ਨਾਟਕ ਕਰਨ ਦਾ ਮਕਸਦ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ ਸੀ, ਉਹਨਾਂ ਦੇ ਦੁੱਖ ਦਰਦ ਤੋਂ ਉਹਨਾਂ ਨੂੰ ਜਾਣੂ ਕਰਵਾਉਣਾ ਸੀ ਤਾਂ ਕਿ ਉਹ ਦੂਰ ਹੋ ਸਕੇ। ਅਤੇ ਮੈਂ 92 ਵਿੱਚ ਐੱਮ ਏ ਇੰਡੀਅਨ ਥੀਏਟਰ ਤੋਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਕੀਤੀ ਡਰਾਮੇ ਦੀ। ਉਹਨਾਂ ਦਿਨਾਂ 'ਚ ਮੈਂ ਗੁਰਸ਼ਾਨ ਭਾਅ ਜੀ, ਜਿਹੜੇ ਪੰਜਾਬੀ ਰੰਗਮੰਚ ਦੇ ਲੋਕ ਪੱਖੀ ਦੇ ਬਹੁਤ ਵੱਡੇ ਆਈਕਨ ਨੇ, ਸਾਰਿਆਂ ਨੂੰ ਪਤਾ, ਉਹਨਾਂ ਨਾਲ ਕਾਫੀ ਸਾਰ ਕੰਮ ਕੀਤਾ। ਅਤੇ ਜਦੋਂ ਮੈਂ ਇੰਡੀਅਨ ਥੀਏਟਰ ਤੋਂ ਐੱਮ ਏ ਡਰਾਮੇ ਦੀ ਕਰ ਲਈ ਤਾਂ ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਕਿ ਗੁਰਸ਼ਾਨ ਸਿੰਘ ਹੁਨਾ ਕਰਕੇ ਜਿਹੜਾ ਪੰਜਾਬੀ ਰੰਗਮੰਚ ਹੈ, ਲੋਕ ਪੱਖੀ ਰੰਗਮੰਚ, ਉਹਦੀ ਬੜੀ ਅਮੀਰ ਪਰੰਪਰਾ ਪੰਜਾਬ 'ਚ ਹੈਗੀ ਹੈ। ਬਹੁਤ ਸਾਰੀਆਂ ਨਾਟਕ ਮੰਡਲੀਆਂ ਨੇ, ਨਾਟਕ ਟੀਮਾਂ ਨੇ ਜੋ ਉਸ ਕਿਸਮ ਦਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਨਾਟਕ ਕਰਦੀਆਂ ਨੇ। ਪਰ ਮੈਨੂੰ ਇਹ ਲੱਗਿਆ ਕਿ ਇਲੈਕਟ੍ਰੋਨਿਕ ਜਿਹੜਾ ਮੀਡੀਅਮ ਹੈ ਉਹਦੇ ਵਿੱਚ ਲੋਕ ਪੱਖੀ ਕੰਮ ਕਰਨ ਵਾਲੇ ਬੰਦਿਆਂ ਦੀ ਬਹੁਤ ਘਾਟ ਹੈ, ਕਿਉਂਕਿ ਜਦੋਂ ਮੈਂ 92 ਦੀ ਗੱਲ ਕਰਾਂ ਉਦੋਂ ਹਲੇ ਪ੍ਰਾਈਵੇਟ ਚੈਨਲ ਜ਼ੀ ਟੀ ਵੀ ਆਇਆ ਆਇਆ ਸੀਗਾ, ਅਤੇ ਉਦੋਂ ਜ਼ਿਆਦਾਤਰ ਟੈਲੀਵਿਜ਼ਨ ਦਾ ਕੰਮ ਸਰਕਾਰੀ ਅਦਾਰੇ ਜਿੱਦਾਂ ਦੂਰਦਰਸ਼ਨ ਕਰਦੇ ਸੀ, ਅਤੇ ਦੂਰਦਰਸ਼ਨ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ, ਉਹਨਾਂ ਨੂੰ ਜੋ ਸਰਕਾਰ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਉਹ ਕਰਨੀਆਂ ਹੁੰਦੀਆਂ ਨੇ। ਅਤੇ ਮੈਨੂੰ ਇਹ ਲੱਗਿਆ ਕਿ ਜੇ ਪਾਸ਼ ਵਰਗੇ ਰੈਵੋਲਿਊਸ਼ਨਰੀ ਪੋਇਟ 'ਤੇ ਕੋਈ ਕੰਮ ਕਰਨਾ ਹੋਵੇ ਤਾਂ ਦੂਰਦਰਸ਼ਨ ਦਾ ਤਾਂ ਕੋਈ ਉਹ 'ਚ ਇੰਟਰਸਟ ਹੋਏਗਾ ਨਹੀਂ, ਸਿੱਧੀ ਜਿਹੀ ਗੱਲ ਹੈ। ਅਤੇ ਮੈਨੂੰ ਲੱਗਿਆ ਕਿ ਸਾਨੂੰ ਹੀ ਕੁਛ ਹੰਭਲਾ ਮਾਰਨਾ ਚਾਹੀਦਾ, ਅਤੇ ਉਹ ਮੇਰਾ ਪਹਿਲਾ ਪ੍ਰੋਜੈਕਟ ਸੀ। ਮੇਰੇ ਦੋਸਤ, ਮੇਰੀ ਵਾਈਫ ਜੀਤੂ, ਉਹਨਾਂ ਨੇ ਬਹੁਤ ਹੈਲਪ ਕੀਤੀ, ਦਲਜੀਤ ਅਮੀ, ਪੰਜਾਬ ਦੇ ਬੜੇ ਲੋਕ ਪੱਖੀ ਬੁੱਧੀਜੀਵੀ ਨੇ, ਉਹ ਮੇਰੇ ਨਾਲ ਸੀਗੇ ਉਸ ਵੇਲੇ। ਤਾਂ ਮੇਰੇ ਜਿਹੜੇ ਯੂਨੀਵਰਸਿਟੀ ਟਾਈਮ ਦੇ ਫਰੈਂਡ ਸੀ, ਅਸੀਂ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਆਪਾਂ ਪਾਸ਼ 'ਤੇ ਇੱਕ ਛੋਟੀ ਜਿਹੀ ਡਾਕੂਮੈਂਟਰੀ ਫਿਲਮ ਜ਼ਰੂਰ ਬਣਾਈਏ। ਪਰ ਉਹਨਾਂ ਦਿਨਾਂ 'ਚ ਪੰਜਾਬ 'ਚ ਕੋਈ ਪ੍ਰੋਫੈਸ਼ਨਲ ਟੀ ਵੀ ਕੈਮਰਾਜ਼ ਵਗੈਰਾ ਹੁੰਦੇ ਨਹੀਂ ਸੀਗੇ, ਜੇ ਹੁੰਦੇ ਵੀ ਸਾਡੇ ਕੋਲ ਉਨੀ ਵਿੱਤੀ ਸਮਰੱਥਾ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਹਾਇਰ ਕਰ ਸਕਦੇ ਹੋਈਏ। ਅਤੇ ਸਾਨੂੰ ਇਸ ਵੀ ਫਿਲਮ ਜ਼ਰੂਰ ਬਣਾਉਣੀ ਹੈ, ਭਾਵੇਂ ਐਕਸਪੈਰੀਮੈਂਟ ਕਰੀਏ ਜੋ ਕਰੀਏ। ਤਾਂ ਉਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ 'ਤੇ ਜਿਹੜੇ ਕੈਮਰੇ ਯੂਜ਼ ਹੁੰਦੇ ਸੀ ਉਹੀ ਪੰਜਾਬ 'ਚ ਬਹੁਤ ਆਦਿ ਸੀਗੇ, ਅਤੇ ਅਸੀਂ ਉਹਨਾਂ ਦੇ ਨਾਲ ਫਿਰ ਆਪਣੀ ਸ਼ੂਟਿੰਗ ਹੌਲੀ ਹੌਲੀ ਕਰਨੀ ਸਟਾਰਟ ਸ਼ੁਰੂ ਕੀਤੀ। ਪੈਸੇ ਜਦੋਂ ਹੁੰਦੇ ਸੀ ਇਕੱਠੇ ਉਦੋਂ ਅਸੀਂ ਕੋਈ ਇੱਕ ਅੱਧੇ ਦਿਨ ਦੀ ਜਾ ਕੇ ਸ਼ੂਟਿੰਗ ਕਰ ਲੈਂਦੇ ਸੀ, ਤਾਂ ਤਕਰੀਬਨ 1.5-2 ਸਾਲ ਅਸੀਂ ਫਿਰ ਸ਼ੂਟਿੰਗ ਲਗਾਤਾਰ ਕਰਦੇ ਰਹੇ। ਉਸ ਤੋਂ ਬਾਅਦ ਇਹ ਆਇਆ ਵੀ ਐਡੀਟਿੰਗ ਕਿਵੇਂ ਕੀਤੀ ਜਾਵੇ। ਪੰਜਾਬ ਜਦੋਂ ਕੋਈ ਐਡੀਟਿੰਗ ਟੇਬਲ ਵਗੈਰਾ 94-4 'ਚ ਹੁੰਦੇ ਨਹੀਂ ਸੀਗੇ, ਸਾਰੇ ਲੋਕ ਦਿੱਲੀ ਜਾਂਦੇ ਸੀ ਐਡੀਟਿੰਗ ਕਰਨ। ਤਾਂ ਅਸੀਂ ਕਿਹਾ ਵੀ ਸਾਡੇ ਕੋਲ ਪੈਸੇ ਵੀ ਨਹੀਂ, ਤਾਂ ਅਸੀਂ ਲੱਭਿਆ ਵੀ ਕੋਈ ਸਾਡੀ ਗੱਲ ਜਿਹਨੂੰ ਸਮਝ ਆਈ ਹੋਵੇ ਵੀ ਪਾਸ਼ ਕੌਣ ਆਏ, ਪਾਸ਼ 'ਤੇ ਡਾਕੂਮੈਂਟਰੀ ਫਿਲਮ ਕਿਉਂ ਬਣਾਉਣਾ ਚਾਹੁੰਦੇ। ਮੈਂ ਕਿਹਾ ਜੇ ਉੱਦਾਂ ਦਾ ਬੰਦਾ ਮਿਲੇ ਤਾਂ ਉਹ ਸਾਡਾ ਸਾਡੀ ਉਹ ਐਡੀਟਿੰਗ 'ਚ ਮਦਦ ਕਰ ਦੇਵੇ। ਅਤੇ ਸਾਨੂੰ ਕੋਈ ਬੰਦਾ ਉਸ ਕਿਸਮ ਦਾ ਤਾਂ ਨਹੀਂ ਮਿਲਿਆ ਜਿਹਨੂੰ ਪਾਸ਼
ਤਾਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਬਾਰੇ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਦੇ ਘਰ ਕੋਈ ਐਡੀਟਿੰਗ ਟੇਬਲ ਲੱਗਿਆ ਹੋਇਆ ਅਤੇ ਤੁਸੀਂ ਜਾ ਕੇ ਉੱਥੇ ਕੰਮ ਕਰ ਲਓ, ਅਸੀਂ ਫੋਨ ਕਰ ਦਿੰਦੇ ਹਾਂ। ਅਤੇ ਸਮਹਾਓ ਅਸੀਂ ਉੱਥੇ ਗਏ, ਉਦੋਂ ਉਹਨਾਂ ਦਿਨਾਂ 'ਚ ਮਤਲਬ ਮੀਂਹ ਦੇ ਦਿਨ ਸੀਗੇ, ਮੀਂਹ ਪੈ ਗਿਆ ਉਹ ਸਾਡੀ ਵੈਨ 'ਚ, ਸਮਹਾਓ ਉੱਥੇ ਪਹੁੰਚੇ, ਲਾਈਟ ਚਲੀ ਗਈ। ਅਤੇ ਅਸੀਂ ਇਹ ਥੋੜ੍ਹੀ ਜਿਹਾ ਪਾਰਟ ਇਹਦਾ ਡਾਕੂਮੈਂਟਰੀ ਦਾ ਪਹਿਲਾਂ ਵੀ ਐਡਿਟ ਕੀਤਾ ਹੋਇਆ ਸੀ, ਅਤੇ ਸਾਨੂੰ ਇੱਕ ਸਰਟਨ ਟਾਈਮ ਸੀਗਾ ਜਦੋਂ ਅਸੀਂ ਚੰਡੀਗੜ੍ਹ ਦਿਖਾਉਣੀ ਸੀ। ਅਤੇ ਉਹ ਫਿਰ ਅਸੀਂ ਹਨੇਰੇ 'ਚ ਮਤਲਬ ਜਨਰੇਟਰ ਜਲਾ ਕੇ ਬਿਨਾਂ ਲਾਈਟ ਤੋਂ ਸਮਹਾਓ ਕੰਪਲੀਟ ਕੀਤੀ। ਸੋ ਕਾਫੀ ਸੰਘਰਸ਼ ਰਿਹਾ ਇਹ ਡਾਕੂਮੈਂਟਰੀ ਬਣਾਉਣ ਦੇ ਦੌਰਾਨ, ਪਰ ਅੱਛਾ ਲੱਗਿਆ ਵੀ ਫਾਈਨਲੀ ਅਸੀਂ ਪਾਸ਼ ਦੇ ਬਾਰੇ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਉਸ ਡਾਕੂਮੈਂਟਰੀ ਵਿੱਚ ਲਿਆ ਸਕੇ ਜਿਹੜੀਆਂ ਬਹੁਤ ਮਹੱਤਵਪੂਰਨ ਸੀਗੀਆਂ, ਅਤੇ ਹੁਣ ਉਦੋਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਡਾਕੂਮੈਂਟਰੀ ਦਾ ਹਿੱਸਾ ਨੇ ਉਹ ਇਸ ਵੇਲੇ ਸੰਸਾਰ 'ਚ ਹੈ ਨਹੀਂ ਗੇ। ਬਹੁਤ ਸਾਰੀਆਂ ਜਗ੍ਹਾਵਾਂ ਜਿਹੜੀਆਂ ਇਸ ਡਾਕੂਮੈਂਟਰੀ ਦਾ ਹਿੱਸਾ ਨੇ ਉਹ ਹੁਣ ਨਹੀਂ ਰਹੀਆਂ। ਸੋ ਮੈਨੂੰ ਲੱਗਦਾ ਵੀ ਉਦੋਂ ਅਸੀਂ ਜਿਹੜੀ ਮਿਹਨਤ ਕੀਤੀ ਅਤੇ ਸੰਤੁਸ਼ਟੀ ਹੈ ਵੀ ਚਲੋ ਹੁਣ ਤੱਕ ਵੀ ਉਹ ਡਾਕੂਮੈਂਟਰੀ ਜਿਹੜੇ ਵੀ ਬੰਦੇ ਪੰਜਾਬੀ ਲਿਟਰੇਚਰ 'ਚ ਇੰਟਰਸਟ ਰੱਖਦੇ ਨੇ ਜਾਂ ਜਿਹੜੇ ਵੀ ਬੰਦੇ ਲੋਕ ਪੱਖੀ ਪੋਇਟਰੀ 'ਚ ਇੰਟਰਸਟ ਰੱਖਦੇ ਨੇ ਹਾਲੇ ਵੀ ਗਾਏ ਵਗਾਏ ਉਹ ਲੋਕ ਟਾਈਮ ਟੂ ਟਾਈਮ ਉਹ ਫਿਲਮ ਦੇਖਦੇ ਰਹਿੰਦੇ ਆ। ਰਾਜੀਵ, ਜਿਹੜੀ ਤੁਹਾਡੀ ਆਪਣਾ ਪਾਸ਼ ਦਸਤਾਵੇਜ਼ੀ ਫਿਲਮ ਹੈ, ਮੈਂ ਸਮਝਦਾ ਕਿ ਆਪਣੇ ਆਪ 'ਚ ਇੱਕ ਮੌਲਿਕ ਦਸਤਾਵੇਜ਼ ਹੈ ਪਾਸ਼ ਬਾਰੇ, ਕਿਉਂਕਿ ਜਿਸ ਤਰ੍ਹਾਂ ਦੀ ਉਸ ਦੇ ਵਿੱਚ ਟੈਸਟੀਮਨੀਜ਼ ਨੇ ਲੋਕਾਂ ਦੀਆਂ, ਉਸ ਨੂੰ ਤੁਸੀਂ ਸੁਣ ਕੇ ਪਾਸ਼ ਬਾਰੇ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਜਾਂ ਉਸਦੀ ਕੀ ਵਿਸ਼ੇਸ਼ਤਾਈਆਂ ਸਨ। ਸਿਰਫ ਸੰਖੇਪ 'ਚ ਇਹਨਾਂ ਦੱਸ ਦਿਓ ਕਿ ਅੱਜ 25 ਸਾਲ ਹੋ ਚੁੱਕੇ ਨੇ ਪਾਸ਼ ਨੂੰ ਕਤਲ ਹੋਇਆ, ਉਸਦੇ 25ਵੇਂ ਸ਼ਹੀਦੀ ਵਰ੍ਹੇ ਦੇ ਮੌਕੇ 'ਤੇ ਪਾਸ਼ ਦੇ ਵਿਚਾਰਾਂ ਦੀ ਸਾਰਥਕਤਾ, ਪ੍ਰਸੰਗਿਕਤਾ ਅਤੇ ਉਸ ਜਿਹੜਾ ਤੁਹਾਡੇ ਮੌਲਿਕ ਦਸਤਾਵੇਜ਼ ਦੀ ਸਾਰਥਕਤਾ ਬਾਰੇ ਕੀ ਕਹਿਣਾ ਚਾਹੋਗੇ? ਪਾਸ਼ ਬਹੁਤ ਇੱਕ ਨਾ ਦਿਲਚਸਪ ਇਨਸਾਨ ਸੀਗਾ। ਉਹਦੇ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਮ ਤੌਰ 'ਤੇ ਮਿਲਣੀਆਂ ਮੁਸ਼ਕਿਲ ਹੁੰਦੀਆਂ ਕਿਸੇ ਇੱਕ ਇਨਸਾਨ। ਉਹਦਾ ਜਿੱਦਾਂ ਸਾਇੰਸ 'ਚ ਬਹੁਤ ਇੰਟਰਸਟ ਸੀਗਾ, ਉਹ ਤਾਰਾ ਵਿਗਿਆਨ ਬਾਰੇ ਗੱਲਾਂ ਕਰਦਾ ਸੀ। ਉਸ ਤੋਂ ਬਾਅਦ ਤਰਕਸ਼ੀਲਤਾ 'ਚ ਉਹਦਾ ਇੰਟਰਸਟ ਸੀ, ਪਰ ਐਟ ਦ ਸੇਮ ਟਾਈਮ ਉਹ ਰਜਨੀਸ਼ ਕੀ ਕਹਿਣਾ ਚਾਹੁੰਦੇ ਨੇ ਵਿਚਾਰੇ ਰਜਨੀਸ਼, ਉਹਨਾਂ ਨੂੰ ਵੀ ਸਮਝਣਾ ਚਾਹੁੰਦਾ ਸੀ। ਅਤੇ ਇਸ ਤੋਂ ਇਲਾਵਾ ਪੋਇਟਰੀ, ਵਰਲਡ ਪੋਇਟਰੀ 'ਚ ਉਹਦਾ ਇੰਟਰਸਟ ਸੀ, ਅਤੇ ਡਿਵਰਸ ਇੰਟਰਸਟ ਸੀਗੇ ਔਰ ਉਹ ਐਕਸਪੈਰੀਮੈਂਟ ਕਰਦਾ ਰਹਿੰਦਾ ਸੀਗਾ, ਉਹ ਬਹੁਤ ਰਿਜਿਡ ਨਹੀਂ ਸੀਗਾ। ਜਿੱਦਾਂ ਉਹਦੀ ਆਪਣੀ ਜਿਹੜੀ ਦਿੱਖ ਸੀਗੀ ਉਹ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਇੱਕ ਸੰਧੂ ਸਾਹਿਬ ਸੀਗੇ ਜਿਹੜੇ ਜਮਹੂਰੀਅਤ ਕਾਰ ਸਭਾ 'ਚ ਕੰਮ ਕਰਦੇ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਕਿ ਪਾਸ਼ ਨੂੰ ਜਦੋਂ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਤਾਂ ਉਹਨੂੰ ਲੱਗਿਆ ਹੀ ਨਹੀਂ ਕਿ ਇਹ ਕੋਈ ਸੀਰੀਅਸ ਮੁੰਡਾ ਹੋ ਸਕਦਾ, 22 ਸਾਲਾਂ ਦਾ ਕਹਿੰਦੇ ਮੁੰਡਾ ਐਵੇਂ ਬਾਲ ਦੇ ਰੰਗ ਜਿਹੇ ਲਾਏ ਹੋਏ ਉਹਨੇ, ਮਤਲਬ ਉਹ ਬਹੁਤ ਹੀ ਇੰਟਰਸਟਿੰਗ ਬੰਦਾ ਸੀ ਜਿਹਨੂੰ ਤੁਸੀਂ ਕਿਸੇ ਇੱਕ ਇਮੇਜ 'ਚ ਨਹੀਂ ਬੰਨ ਸਕਦੇ। ਅਤੇ ਉਹਦੀ ਸਾਰਥਕਤਾ ਇਸ ਕਰਕੇ ਅੱਜ ਦੇ ਟਾਈਮ 'ਚ ਵੀ ਜ਼ਿਆਦਾ ਹੈ ਕਿਉਂਕਿ ਪਾਸ਼ ਨੇ ਬਹੁਤ ਸਾਰੀਆਂ ਇੱਦਾਂ ਦੀਆਂ ਕਵਿਤਾਵਾਂ ਲਿਖੀਆਂ ਜਿਹੜੀ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦੀਆਂ ਨੇ, ਜਿਹੜਾ ਮਾੜਾ ਸਮਾਜ ਆ ਉਹਨੂੰ ਕਿਵੇਂ ਬਦਲਿਆ ਜਾ ਸਕਦਾ ਉਹਦੀ ਗੱਲ ਕਰਦੀਆਂ ਨੇ, ਪਰ ਉਹਦੀ ਪੋਇਟਰੀ 'ਚ ਮਚਿਓਰਟੀ ਆਉਂਦੀ ਚਲੀ ਗਈ। ਜਿੱਦਾਂ ਗੁਰਸ਼ੰਤ ਸਿੰਘ ਉਹਦੇ ਬਾਰੇ ਇਹ ਕਹਿੰਦੇ ਕਿ ਉਹਨੇ ਪਹਿਲਾਂ ਸ਼ੁਰੂ 'ਚ ਬਹੁਤ ਗਰਮ ਤੱਤੀਆਂ ਕਵਿਤਾਵਾਂ ਲਿਖੀਆਂ, ਪਰ ਹੌਲੀ ਹੌਲੀ ਮਚਿਓਰ ਹੁੰਦਾ ਹੁੰਦਾ ਫਿਰ ਉਹ ਡਾਇਲੋਗ 'ਤੇ ਆ ਗਿਆ, ਉਹਨੂੰ ਲੱਗਿਆ ਡਾਇਲੋਗ ਜ਼ਰੂਰੀ ਹੈ, ਡਾਇਲੋਗ ਭਾਵੇਂ ਵਿਰੋਧੀਆਂ ਨਾਲ ਹੋਵੇ, ਭਾਵੇਂ ਆਪਣਿਆਂ ਨਾਲ ਹੋਵੇ ਅਤੇ ਭਾਵੇਂ ਆਪਣੇ ਆਪ ਨਾਲ ਹੋਵੇ, ਤਾਂ ਉਹਦੀ ਪੋਇਟਰੀ 'ਚ ਇੱਦਾਂ ਮਚਿਓਰਟੀ ਆਉਂਦੀ ਚਲੀ ਗਈ। ਅਤੇ ਜਿਹੜੀ ਉਹਦੀ ਪੋਇਟਰੀ ਦੀ ਪੀਕ ਹੈ ਉਹ ਹੈਗੀ ਕਿ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਉਹਦੇ 'ਚ ਕਿਉਂਕਿ ਉਹਨੇ ਆਪਣੀ ਪੂਰੀ ਪੋਇਟਰੀ ਸਮਾਤੀ ਕਿ ਠੀਕ ਹੈ ਪੁਲਿਸ ਦੀ ਕੁੱਟ ਵੀ ਬਹੁਤ ਖਤਰਨਾਕ ਹੁੰਦੀ ਹੈ, ਫੜੇ ਜਾਣਾ ਵੀ ਖਤਰਨਾਕ ਹੁੰਦਾ, ਪਰ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਜਿਹੜਾ ਕੈਪੀਟਲਿਜ਼ਮ ਸਾਡੇ ਨਾਲ ਕਰ ਰਿਹਾ। ਮਤਲਬ ਨਾ ਹੋਣਾ, ਤੜਪਦਾ, ਸਭ ਕੁਝ ਸਹਿਣ ਕਰ ਜਾਣਾ, ਘਰ ਤੋਂ ਜਾਣਾ ਜੋਬ 'ਤੇ ਅਤੇ ਘਰ ਆਉਣਾ, ਮਤਲਬ ਅਸੀਂ ਉਸ ਦੌਰ ਇਸੇ ਕਿਸਮ ਦੇ ਦੌਰ 'ਚ ਗੁਜ਼ਰ ਰਹੇ ਹਾਂ। ਇਸ ਕਰਕੇ ਪਾਸ ਦੀ ਪ੍ਰਸੰਗਤਾ ਜਿਹੜੀ ਹੈਗੀ ਬਹੁਤ ਮਤਲਬ ਪਿਛਲੇ ਟਾਈਮ ਨਾਲੋਂ ਹੁਣ ਹੋਰ ਵੀ ਇੰਪੋਰਟੈਂਟ ਹੈ, ਕਿਉਂਕਿ ਸਾਡੇ ਕੈਪੀਟਲਿਜ਼ਮ ਕੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਿੱਦਾਂ ਖਤਮ ਕਰ ਦਿੰਦਾ, ਉਹ ਤੁਹਾਡੇ ਇਰਦ ਗਿਰਦ ਇੱਦਾਂ ਦਾ ਜਾਲ ਵਿਛਾ ਦਿੰਦਾ ਕਿ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਅਤੇ ਤੁਸੀਂ ਉਹਨਾਂ ਜ਼ਰੂਰਤਾਂ ਦੇ ਚੱਕਰ 'ਚ ਮਤਲਬ ਸੈਲਫ ਸੈਂਟਰਡ ਹੋ ਜਾਂਦੇ ਹੋ ਜਾਂ ਵੱਧ ਤੋਂ ਵੱਧ ਆਪਣੀ ਫੈਮਿਲੀ ਦੇ ਲਈ, ਤਾਂ ਜਿਹੜੀ ਇੱਕ ਐਂਪਥੀ ਹੁੰਦੀ ਹੈ, ਜਿਹੜਾ ਇੱਕ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਜਾਂ ਇੱਕ ਕਿਸੇ ਦੂਸਰੇ ਬੰਦੇ ਲਈ ਤੁਹਾਡੇ ਅੰਦਰ ਜਿਹੜਾ ਦੁੱਖ ਦਰਦ ਹੁੰਦਾ ਉਹ ਹੌਲੀ ਹੌਲੀ ਤੁਹਾਡੇ 'ਚ ਖਤਮ ਹੋ ਜਾਂਦਾ, ਰਿਸ਼ਤਿਆਂ 'ਚ ਬੇਗਾਨਗੀ ਆ ਜਾਂਦੀ ਹੈ। ਇਸ ਕਰਕੇ ਮੈਨੂੰ ਲੱਗਦਾ ਪਾਸ਼ ਅੱਜ ਦੇ ਟਾਈਮ 'ਚ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਰੈਲੀਵੈਂਟ ਹੈ। ਇੱਕ ਮੈਂ ਰਜੀ ਤੁਹਾਡੇ ਕੋਲ ਗੱਲ ਜਾਣਨੀ ਚਾਹੁੰਦਾ ਕਿ ਤੁਹਾਡੀ ਜਿਹੜੀ ਇਹ ਵਿਸ਼ੇ ਦੀ ਚੋਣ ਜਾਂ ਬਾਅਦ ਜਿਸ ਤਰ੍ਹਾਂ ਦੇ ਫਿਲਮਾਂ ਤੁਸੀਂ ਬਣਾਉਂਦੇ ਹੋ ਉਸ ਤੋਂ ਗੱਲ ਕਲੀਅਰ ਹੈ ਕਿ ਤੁਸੀਂ ਲੋਕ ਪੱਖੀ ਸਿਨੇਮਾ ਵਿੱਚ ਤੁਹਾਡਾ ਵਿਸ਼ਵਾਸ ਹੈ, ਜਾਂ ਜਿਵੇਂ ਤੁਸੀਂ ਹੁਣ ਵੀ ਕਹਿ ਕੇ ਹਟਿਓ ਕਿ ਪਦਾਰਥਵਾਦ ਦੇ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ। ਪਹਿਲੀ ਤੁਹਾਡੀ ਜਿਹੜੀ ਦਸਤਾਵੇਜ਼ੀ ਫਿਲਮ ਉਹ ਇਸ ਇਨਕਲਾਬੀ ਕਵੀ ਬਾਰੇ ਸੀ, ਇਸ ਦਾ ਕੀ ਕਾਰਨ ਸੀ ਕਿ ਤੁਸੀਂ ਪਾਸ਼ ਨੂੰ ਹੀ ਚੁਣਿਆ ਆਪਣੇ ਪਹਿਲਾ ਮਤਲਬ ਫਿਲਮ ਐਕਸਪੈਰੀਮੈਂਟ ਦੇ ਵਿੱਚ? ਹੋਰ ਵੀ ਜਿਹੜੇ ਵਿਸ਼ੇ ਸੀਗੇ ਉਹਨਾਂ ਨੂੰ ਦਰਕਨਾਰ ਕਰਕੇ
ਸਿਰਫ ਪਾਸ ਦੀ ਚੋਣ, ਇਹ ਜ਼ਰੂਰ ਸਾਨੂੰ ਦੱਸੋ। ਉਦੋਂ ਅਸਲ 'ਚ ਜਦੋਂ ਮੈਂ ਫਿਲਮ ਬਣਾਈ ਸੀ, ਮੈਂ ਆਪ ਯੂਨੀਵਰਸਿਟੀ ਤੋਂ ਪਾਸ ਆਊਟ ਹੋਇਆ ਸੀ, ਅਤੇ ਪਾਸ ਨੌਜਵਾਨਾਂ ਦਾ ਬਹੁਤ ਮਨ ਪਸੰਦੀਦਾ ਕਵੀ ਹੈ, ਮਤਲਬ ਜਿਹੜੇ ਨੌਜਵਾਨ ਨੇ ਉਹਦੇ ਨਾਲ ਰਿਲੇਟ ਕਰਦੇ ਨੇ, ਉਹ ਮਤਲਬ ਉਹਨਾਂ ਨੂੰ ਲੱਗਦਾ ਕਿ ਸਾਡੀ ਗੱਲ ਕਰ ਰਿਹਾ, ਅਤੇ ਉਦੋਂ ਮੈਨੂੰ ਵੀ ਇਹ ਲੱਗਦਾ ਸੀ ਕਿ ਪਾਸ ਬਾਰੇ ਗੱਲ ਕੀਤੀ ਜਾਣੀ ਜ਼ਰੂਰੀ ਹੈ। ਔਰ ਉਦੋਂ ਪਾਸ ਦੀ ਡੈਥ ਹੋਈ ਨੂੰ ਵੀ ਕੁਛ ਇੱਕ ਸਾਲ ਹੋਏ ਸੀਗੇ, ਅਤੇ ਮਤਲਬ ਪਾਸ ਦੀ ਨਾ ਇੱਕ ਆਪਣੀ ਪਰਸਨੈਲਿਟੀ ਹੈ, ਉਹ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਲੋਕ ਪੱਖੀ ਕਵੀ ਹੋਏ ਨੇ, ਉਹਨਾਂ ਦੀ ਆਪੋ ਆਪਣੀ ਕੰਟਰੀਬਿਊਸ਼ਨ ਹੈ, ਪਰ ਪਾਸ 'ਚ ਕੁਛ ਕੁਛ ਨਾ ਕੁਛ ਇੱਦਾਂ ਦਾ ਖਾਸ ਹੈ ਜਿਹੜਾ ਸਾਰਿਆਂ ਨੂੰ ਅਪੀਲ ਕਰਦਾ, ਮਤਲਬ ਅਕਰੋਸ ਆਲ, ਭਾਵੇਂ ਕੋਈ ਪਾਸ ਦੀ ਆਈਡੋਲੋਜੀ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ, ਪਰ ਉਹਦੀ ਪੋਇਟਰੀ ਸਾਰਿਆਂ ਨੂੰ ਮੁਤਾਸਰ ਕਰਦੀ ਹੈ। ਜਿੱਦਾਂ ਮੈਂ ਬੰਬੇ ਰਹਿੰਦਾ ਫਿਲਮ ਇੰਡਸਟਰੀ 'ਚ, ਅਤੇ ਬੰਬੇ 'ਚ ਇੰਨੇ ਲੋਕ ਪਾਸ ਤੋਂ ਮੁਤਾਸਰ ਨੇ, ਮਹੇਸ਼ ਭੱਟ ਸਾਹਿਬ, ਰਾਕੇਸ਼ ਮਹਿਰਾ, ਰਾਹੁਲ ਬੋਸ, ਬਹੁਤ ਸਾਰੇ, ਈਵਨ ਇਰਫਾਨ ਖਾਨ, ਜਿੱਦਾਂ ਨੈਸ਼ਨਲ ਅਵਾਰਡ ਮੈਨੂੰ ਮਿਲਿਆ ਪਾਨ ਸਿੰਘ ਤੋਮਰ ਦੇ ਲਈ, ਇਰਫਾਨ ਵੀ ਆਇਆ ਹੋਇਆ ਸੀ, ਅਤੇ ਉਹਨੂੰ ਪਤਾ ਲੱਗਿਆ ਕਿ ਮੈਂ ਪਾਸ 'ਤੇ ਫਿਲਮ ਬਣਾਈ, ਉਹ ਇੰਨਾ ਇੰਟਰਸਟਡ ਹੈ ਪਾਸ ਬਾਰੇ ਜਾਣਨ ਦੇ ਲਈ, ਪਾਸ ਦਾ ਰੋਲ ਕਰਨ ਦੇ ਲਈ। ਸੋ ਪਾਸ ਮੈਨੂੰ ਲੱਗਦਾ ਪਾਸ ਦੀ ਅਪੀਲ ਇਸ ਕਰਕੇ ਜ਼ਿਆਦਾ ਕਿ ਉਹ ਟਾਈਮਲੈਸ, ਜਿੱਦਾਂ ਨਾ ਕਈ ਪੋਇਟਰੀ ਜਿਹੜੀ ਕਿਸੇ ਕਿਸੇ ਬੰਦੇ ਦੀ ਪੋਇਟਰੀ, ਉਹ ਟਾਈਮ ਦੇ ਨਾਲ ਰੈਲੇਵੈਂਟ ਹੁੰਦੀ ਹੈ, ਫਿਰ ਟਾਈਮ ਤੋਂ ਬਾਅਦ ਉਹ ਕਈ ਵਾਰੀ ਉਹਦੀ ਸਾਰਥਕਤਾ ਨਹੀਂ ਰਹਿੰਦੀ, ਪਰ ਪਾਸ ਟਾਈਮਲੈਸ ਜਿੱਦਾਂ ਹੈਗੀ ਉਹਦੀ ਪੋਇਟਰੀ ਹਮੇਸ਼ਾ ਰੈਲੇਵੈਂਟ ਹੈ, ਇਸੇ ਕਰਕੇ ਪੰਜਾਬ ਤੋਂ ਬਾਹਰ ਵੀ ਇੰਨਾ ਜ਼ਿਆਦਾ ਲੋਕਾਂ ਨੂੰ ਅਪੀਲ ਕੀਤੀ ਉਹਦੀ ਪੋਇਟਰੀ ਨੇ। ਅਜੀ ਹੁਣ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ ਜਿਹੜੀ ਤੁਹਾਡੀ ਓਵਰਆਲ ਤੁਹਾਡੀ ਪਰਫੋਰਮੈਂਸ ਜਿਸ ਤਰ੍ਹਾਂ ਦੀ ਚੱਲ ਰਹੀ ਹੈ। ਜਿਵੇਂ ਮੈਂ ਇੰਟਰੋਡਕਸ਼ਨ 'ਚ ਵੀ ਕਿਹਾ ਸੀ ਕਿ ਦੋ ਧਾਰਾਵਾਂ ਨੇ, ਇੱਕ ਤਾਂ ਫਿਲਮ ਲੋਕ ਬਣਾਉਂਦੇ ਨੇ ਮਨੋਰੰਜਨ ਦੀ ਖਾਤਰ ਜਾਂ ਮੁਨਾਫੇ ਦੀ ਖਾਤਰ, ਤੁਹਾਡਾ ਸਾਰਾ ਜਿਹੜਾ ਜ਼ੋਰ ਲੱਗਾ ਇਸ ਤਰ੍ਹਾਂ ਦੇ ਫਿਲਮ ਨੂੰ ਉਭਾਰਨ ਦੇ ਵਿੱਚ ਜਿਹੜੀ ਸੋਸ਼ਲ ਜਸਟਿਸ ਜਾਂ ਸਮਾਜਿਕ ਨਿਆਂ ਦੀ ਗੱਲ ਕਰਦੀ ਹੋਵੇ ਜਾਂ ਜਿਹੜੀ ਆਮ ਲੋਕਾਂ ਦੀ ਗੱਲ ਕਰਦੀ ਹੋਵੇ। ਸੋ ਸਾਨੂੰ ਇਹਦੇ ਬਾਰੇ ਦੱਸੋ ਕਿ ਆਹ ਜਿਹੜੀ ਚੇਟਕ ਹੈ, ਇਹ ਤੁਹਾਨੂੰ ਮਤਲਬ ਜਿਹੜੇ ਤੁਹਾਡੇ ਥੀਏਟਰ ਦੇ ਬੈਕਗਰਾਊਂਡ ਜਾਂ ਤੁਹਾਡੇ ਲੈਫਟ ਲੀਨਿੰਗ ਵਾਲੇ ਦੋਸਤਾਂ ਤੋਂ ਮਿਲਿਆ ਸਾਰਾ ਕੁਛ, ਜਾਂ ਕੋਈ ਖਾਸ ਪ੍ਰੋਸੈਸ ਜਿਸ 'ਚ ਤੁਸੀਂ ਲੰਘ ਕੇ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦਾ ਬਦਲਵਾਂ ਜਿਹੜਾ ਹੈ ਸਿਨੇਮਾ ਉਸਨੂੰ ਜਾਰੀ ਰੱਖਣ ਦੀ ਲੋੜ? ਅਸਲ 'ਚ ਮੇਰਾ ਜਨਮ ਹੋਇਆ ਜਗਰਾਓਂ, ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਅਤੇ ਜਦੋਂ ਮੈਂ ਬਹੁਤ ਛੋਟਾ ਸੀ ਅਤੇ ਮੇਰੇ ਜਿਹੜੇ ਕਜ਼ਨ ਬ੍ਰਦਰ ਸਿਸਟਰ ਸੀਗੇ ਉਹ ਮੇਰੇ ਤੋਂ ਬਹੁਤ ਵੱਡੇ ਸੀਗੇ, ਉਹ ਸਾਰੇ ਕਾਲਜਿਸ 'ਚ ਪੜ੍ਹਦੇ ਸੀ ਜਦੋਂ ਮੈਂ ਸਕੂਲ 'ਚ ਜਾਣਾ ਸ਼ੁਰੂ ਕੀਤਾ, ਅਤੇ ਸਮ ਹਾਓ ਜਿੱਦਾਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਸੀ ਉਹ ਮੈਂ ਪੜ੍ਹਨੀਆਂ ਸ਼ੁਰੂ ਕਰਤੀਆਂ ਆਪਣੇ ਆਪ, ਅਤੇ ਉਹਦੇ ਨਾਲ ਮੈਂ ਇੱਕ ਮੇਰੇ 'ਚ ਜਿਹੜੀ ਮਚਿਓਰਟੀ ਹੈ ਲਿਟਰੇਚਰ ਨੂੰ ਲੈ ਕੇ ਬਹੁਤ ਅਰਲੀ ਏਜ 'ਚ ਆ ਗਈ, ਮਚਿਓਰਟੀ ਕਹਿ ਲਓ ਜਾਂ ਚੇਟਕ ਕਹਿ ਲਓ ਜਾਂ ਜਿੱਦਾਂ ਚਸਕਾ ਪੈ ਗਿਆ ਮੈਨੂੰ ਲਿਟਰੇਚਰ ਪੜ੍ਹਨ ਦਾ, ਅਤੇ ਮੈਂ ਚੰਗਾ ਮਾੜਾ ਹਰ ਕਿਸੇ ਕਿਸਮ ਦਾ ਲਿਟਰੇਚਰ ਪੜ੍ਹਿਆ ਪਰ ਅਰਲੀ ਏਜ 'ਚ ਹੀ ਪੜ੍ਹ ਲਿਆ, ਅਤੇ ਫਿਰ ਜਦੋਂ ਅਸੀਂ ਮੁੱਲਾਪੁਰ ਦਾਖੇ ਆ ਗਏ, ਮੈਂ ਦਾਖੇ ਤੋਂ ਦਸਵੀਂ ਕੀਤੀ, ਉਹਨਾਂ ਦਿਨਾਂ 'ਚ ਹੀ ਸਾਨੂੰ ਨਾਟਕ ਕਰਨ ਦਾ ਸੀਗਾ ਕਿ ਚਲੋ ਨਾਟਕ ਇੰਟਰਸਟਿੰਗ ਹੁੰਦਾ, ਕਰਨਾ ਚਾਹੀਦਾ, ਪਰ ਚੰਗੀ ਗੱਲ ਇਹ ਹੋਈ ਕਿ ਜਿਹੜਾ ਪਹਿਲਾਂ ਨਾਟਕ ਅਸੀਂ ਦੇਖਿਆ ਉਹ ਲੋਕ ਪੱਖੀ ਸੀ, ਤਾਂ ਦਿਮਾਗ 'ਚ ਕਿਤੇ ਇਹ ਗੱਲ ਬੈਠ ਗਈ ਕਿ ਜੇ ਨਾਟਕ ਹੈ ਤਾਂ ਲੋਕ ਪੱਖੀ ਉਹ ਹੀ ਹੁੰਦਾ, ਅਤੇ ਉਹ ਇਸ ਲਈ ਸਾਨੂੰ ਫਿਰ ਅਸੀਂ ਗੁਰਸ਼ਨ ਸਿੰਘ ਉਹਨਾਂ ਦੀ ਟੀਮ ਦੇ ਨਾਲ ਜੁੜੇ, ਆਪਣਾ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਬਣਾਇਆ, ਤਾਂ ਪਹਿਲੇ ਜਿਹੜਾ ਇੰਪ੍ਰੈਸ਼ਨ ਨਾਟਕ ਦਾ ਇਹੀ ਪਿਆ ਕਿ ਜੇ ਨਾਟਕ ਕਰਨਾ ਤਾਂ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰੇ, ਅਤੇ ਉਸ ਤੋਂ ਬਾਅਦ ਮੈਂ ਨਾਟਕ ਤੋਂ ਫਿਲਮਾਂ ਵੱਲ ਕਿਵੇਂ ਗਿਆ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਅਬ ਚਾਹੇ ਆਪਣਾ ਪਾਸ਼ ਹੋਵੇ, ਚਾਹੇ ਨਾਬਰ ਫਿਲਮ ਹੋਵੇ, ਜਾਂ ਇਸ ਦੌਰਾਨ ਆਤੂ ਖੋਜੀ, ਜੇ ਆਪਾਂ ਸਾਰੇ ਤੁਹਾਡੀਆਂ ਜਿਹੜੀ ਤੁਸੀਂ ਸਿਰਜਣਾ ਕੀਤੀ, ਜੇ ਸਭ ਦੀ ਗੱਲ ਵੀ ਕਰਨੀ ਹੋਵੇ, ਤਾਂ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਤੁਸੀਂ ਇਸ ਗੱਲ ਨੂੰ ਹਮੇਸ਼ਾ ਮੱਦੇਨਜ਼ਰ ਰੱਖਿਆ ਕਿ ਲੋਕਾਂ ਦੀ ਜਿਹੜੀ ਇਹ ਗੱਲ ਕਿਵੇਂ ਕੀਤੀ ਜਾਵੇ, ਜਾਂ ਗੈਰ ਸਧਾਰਨ ਵਿਸ਼ੇ ਜਾਂ ਗੈਰ ਰਵਾਇਤੀ ਵਿਸ਼ੇ ਜਿਹੜੇ ਆ ਉਹ ਕਿਵੇਂ ਉਭਾਰੇ ਜਾਣ। ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਚੁਣੌਤੀਆਂ ਕਿਸ ਤਰ੍ਹਾਂ ਦੀ ਤੁਹਾਡੇ ਸਾਹਮਣੇ ਆਈਆਂ, ਕਿਉਂਕਿ ਜ਼ਾਹਿਰ ਹੈ ਕਿ ਜਿਹੜੀਆਂ ਰਵਾਇਤੀ ਫਿਲਮਾਂ ਬਣਾਉਣ ਦੇ ਲਈ ਉਨੀਆਂ ਚੁਣੌਤੀਆਂ ਸ਼ਾਇਦ ਨਾ ਹੋਣ ਜਿਹੜੀਆਂ ਕਿ ਗੈਰ ਰਵਾਇਤੀ ਫਿਲਮਾਂ ਬਣਾਉਣ ਲਈ ਜਾਂ ਲੋਕ ਪੱਖੀ ਫਿਲਮਾਂ ਬਣਾਉਣ ਲਈ ਆਉਂਦੀਆਂ ਨੇ, ਉਹਦੇ ਬਾਰੇ ਸਾਨੂੰ ਆਪਣੇ ਸਫ਼ਰ ਬਾਰੇ ਜ਼ਰੂਰ ਦੱਸੋ। ਇਹਦੇ ਬਾਰੇ ਮੈਂ ਦੋ ਤਰੀਕਿਆਂ ਨਾਲ ਤੁਹਾਨੂੰ ਜਵਾਬ ਦੇਣਾ ਚਾਹਾਂਗਾ। ਇੱਕ ਤਾਂ ਇਹ ਸੀਗਾ ਕਿ ਆਰਥਿਕਤਾ ਦੀ ਜੇ ਗੱਲ ਕਰੀਏ, ਮਤਲਬ ਫਿਲਮ ਮੇਕਿੰਗ ਦੇ ਲਈ ਉਹ ਬਹੁਤ ਇੱਕ ਮਹੱਤਵਪੂਰਨ ਕਹਿ ਲਓ ਪਾਰਟ ਹੁੰਦਾ, ਤਾਂ ਮੈਂ ਕਿਉਂਕਿ ਮੋਡਸਟ ਜੀ ਬੈਕਗਰਾਊਂਡ 'ਚੋਂ ਆਇਆ, ਤਾਂ ਮੈਂ ਜੋਬ ਕਰਦਾ ਸੀ ਟੀ ਵੀ ਚੈਨਲ 'ਚ, ਅਤੇ ਉੱਥੋਂ ਜਿਹੜਾ ਪੈਸਾ ਪੂਸਾ ਆਉਂਦਾ ਸੀਗਾ ਫਿਰ ਵਿੱਚ ਜੇ ਬ੍ਰੇਕ ਕਰਕੇ ਫਿਰ ਇੱਕ ਫਿਲਮ ਬਣਾ ਲਈਦੀ ਸੀ, ਅਤੇ ਇਸ ਤਰੀਕੇ ਨਾਲ ਤਾਂ ਆਰਥਿਕਾ ਮਤਲਬ ਅਸੀਂ ਸੋਲਵ ਕੀਤੀ, ਕਿਉਂਕਿ ਸਾਨੂੰ ਇਹ ਲੱਗਦਾ ਕਿ ਲੋਕ ਪੱਖੀ ਫਿਲਮਾਂ ਹਾਲੇ ਉਸ ਸਟੇਜ 'ਤੇ ਨਹੀਂ ਕਿ ਉਹ ਆਪਣਾ ਪੈਸਾ ਵਾਪਸ ਲਿਆ ਸਕਣ, ਕਿਉਂਕਿ ਡਿਸਟ੍ਰੀਬਿਊਸ਼ਨ ਹੈ ਜਾਂ ਫਿਲਮ ਬਣਾਉਣੀ ਹੈ ਜਾਂ ਕੁਛ ਹੈ। ਆਤੂ ਖੋਜੀ ਨੇ ਕਾਫ਼ੀ ਉਹ ਸਾਡਾ ਸੋਲਵ ਕੀਤਾ ਮਾਮਲਾ, ਪਰ ਉਸ ਤੋਂ ਪਹਿਲਾਂ ਜਿਹੜੀਆਂ ਮੈਂ ਫਿਲਮਾਂ ਬਣਾਈਆਂ ਉਹ ਕੋਲੋਂ ਜਿੱਦਾਂ ਪੈਸਾ ਖਰਚ ਕਰਕੇ ਹੀ ਬਣਾਈਆਂ। ਅਤੇ ਦੂਸਰਾ ਹੈਗਾ ਕਿ ਮੈਨੂੰ ਜਿਹੜੇ ਸਬਜੈਕਟ ਇੰਸਪਾਇਰ ਕਰਦੇ ਹੋ ਕਿ ਕਈ ਵਾਰੀ ਮੈਨੂੰ ਇਹ ਲੱਗਦਾ ਕਿ ਮੈਂ ਸ਼ਾਇਦ ਸੋਸਾਇਟੀ ਨੂੰ ਬੈਟਰ ਕਰਨ ਦੇ ਲਈ ਉਹਨਾਂ ਕੰਟਰੀਬਿਊਟ ਨਹੀਂ ਕਰ ਪਾ ਰਿਹਾ ਐਜ਼ ਐਨ ਪਰਸਨ, ਤਾਂ ਮੈਨੂੰ ਉਹ ਕਰੈਕਟਰ ਬਹੁਤ ਇੰਸਪਾਇਰ ਕਰਦੇ ਜਿਹੜਾ ਇੱਦਾਂ ਦਾ ਕੁਛ ਕਰ ਰਹੇ ਨੇ।
ਅਤੇ ਮੈਂ ਆਪਣੀਆਂ ਫਿਲਮਾਂ ਉਹਨਾਂ ਬਾਰੇ ਬਣਾਉਂਦਾ ਜਿਹੜੇ ਕਰੈਕਟਰ ਮੈਨੂੰ ਲੱਗਦਾ ਕਿ ਇਹ ਸੋਸਾਇਟੀ ਲਈ ਬਹੁਤ ਬੈਟਰ ਕੰਮ ਕਰਦੇ ਨੇ ਜਾਂ ਸੋਸਾਇਟੀ 'ਚ ਆਈਡੀਅਲ ਕਰੈਕਟਰ ਨੇ ਉਹਨਾਂ ਬਾਰੇ ਮੈਂ ਫਿਲਮਾਂ ਬਣਾਉਂਦਾ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਮੈਂ ਉਨਾ ਸਟਰੋਂਗ ਨਹੀਂ, ਮੈਂ ਉਨਾ ਬੈਟਰ ਨਹੀਂ ਕਰ ਪਾ ਰਿਹਾ, ਇੱਦਾਂ ਮੈਨੂੰ ਉਹ ਕਰੈਕਟਰ ਇੰਸਪਾਇਰ ਕਰਦੇ ਨੇ। ਅਤੇ ਮੇਰਾ ਫਿਲਮ ਬਣਾਉਣ ਦਾ ਮਕਸਦ ਇਹ ਹੈ ਕਿ ਜਿੱਦਾਂ ਉਹਨਾਂ ਕਰੈਕਟਰਸ ਨੇ ਮੈਨੂੰ ਇੰਸਪਾਇਰ ਕੀਤਾ, ਜੇ ਮੇਰੀਆਂ ਫਿਲਮਾਂ ਕਿਸੇ ਨੂੰ ਇੰਸਪਾਇਰ ਕਰ ਸਕਣ ਕਿ ਉਹ ਬੈਟਰ ਹਿਊਮਨ ਬੀਂਗ ਬਣੇ ਜਾਂ ਕਿਸੇ ਫੈਲੋ ਹਿਊਮਨ ਬੀਂਗ ਦੀ ਹੈਲਪ ਕਰ ਸਕੇ ਜਾਂ ਸੋਸਾਇਟੀ ਨੂੰ ਬੈਟਰ ਬਣਾ ਸਕੇ, ਤਾਂ ਮੈਨੂੰ ਲੱਗਾ ਕਿ ਮੈਂ ਸਕਸੈਸਫੁਲ ਹੋਊਂਗਾ। ਮੈਂ ਤੁਹਾਡੇ ਕੋਲ ਇੱਕ ਗੱਲ ਇਹ ਜ਼ਰੂਰ ਜਾਣਨੀ ਚਾਹਾਂਗਾ ਕਿ ਜਿਹੜਾ ਲੋਕ ਪੱਖੀ ਸਿਨੇਮਾ ਦੀ ਅਸੀਂ ਗੱਲ ਕਰਦੇ ਹਾਂ, ਇਸ ਵੇਲੇ ਜਦੋਂ ਇੰਨਾ ਮੰਡੀਕਰਨ ਹੋ ਚੁੱਕਾ, ਕਹਿੰਦੇ ਕਹਾਉਂਦੇ ਜਿਹੜੇ ਵੱਡੇ ਵੱਡੇ ਬੰਬੇ ਦੇ ਕਈ ਲੋਕ ਪੱਖੀ ਨਿਰਦੇਸ਼ਕ ਉਹ ਵੀ ਇੱਕ ਤਰੀਕੇ ਨਾਲ ਡਾਈਵਰਸੀਫਾਈ ਕਰ ਰਹੇ ਨੇ ਆਪਣੇ ਆਪ ਨੂੰ ਕਮਰਸ਼ਲ ਕੈਂਪ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਵਿੱਚ ਨੇ ਕਿ ਪੈਸਾ ਵੀ ਰਿਕਵਰ ਹੋਵੇ ਅਤੇ ਸਾਡੀ ਗੱਲ ਵੀ ਕਹਿ ਲਈਏ ਅਸੀਂ। ਸੋ ਮੇਰਾ ਮਤਲਬ ਕਹਿਣ ਦਾ ਕਿ ਲੋਕ ਪੱਖੀ ਸਿਨੇਮਾ ਦੀ ਜਿਹੜੀ ਇਸ ਟਾਈਮ ਸਾਰਥਕਤਾ ਜਾਂ ਉਸਦੇ ਲਈ ਸਪੈਸ਼ਲ ਕੋਈ ਥਾਂ ਜਾਂ ਸਪੇਸ, ਇਹਨੂੰ ਇਹਦੇ ਲਈ ਕਿਸ ਤਰ੍ਹਾਂ ਦੇ ਮਤਲਬ ਇਸ ਤਰ੍ਹਾਂ ਜ਼ਮੀਨ ਜਿਹੜੀ ਹੈ ਇਸ ਵੇਲੇ ਸਾਡੇ ਸਾਹਮਣੇ ਉਹ ਕਿੱਦਾਂ ਦੀ ਹੈ? ਮੈਨੂੰ ਲੱਗਦਾ ਗੁਰਪ੍ਰੀਤ ਜੀ ਕਿ ਸਾਨੂੰ ਛੋਟੀਆਂ ਪੰਜਾਬੀ ਫਿਲਮਾਂ 'ਤੇ ਜ਼ੋਰ ਦੇਣਾ ਪਏਗਾ ਕਿਉਂਕਿ ਉਹਨਾਂ 'ਚ ਇਕੋਨਮੀ ਦੀ ਦਖਲ ਅੰਦਾਜ਼ੀ ਘੱਟ ਹੁੰਦੀ ਹੈ। ਜਿੱਦਾਂ ਅਸੀਂ ਜਿਹੜੀ ਆਤੂ ਖੋਜੀ ਫਿਲਮ ਬਣਾਈ ਸੀ, 40 ਮਿੰਟ ਦੀ ਫਿਲਮ ਹੈ, ਉਹਨੇ ਕਾਫ਼ੀ ਜਿਹੜੀ ਪੰਜਾਬੀ ਸ਼ਾਰਟ ਫਿਲਮ ਦੀ ਖੜੋਤ ਨੂੰ ਤੋੜਿਆ ਕਿਉਂਕਿ ਕਾਫ਼ੀ ਸਾਲਾਂ ਬਾਅਦ ਇੱਦਾਂ ਦੀ ਫਿਲਮ ਆਈ ਜਿਹੜੀ ਨਾ ਤਾਂ ਦੂਰਦਰਸ਼ਨ 'ਤੇ ਦਿਖਾਈ ਜਾਣੀ ਸੀ ਨਾ ਕਿਸੇ ਟੈਲੀਵਿਜ਼ਨ 'ਤੇ, ਉਹ ਲੋਕਾਂ 'ਚ ਹੀ ਦੇਖੀ ਜਾਣੀ ਸੀ ਜਿਹੜੇ ਵੀ ਮਾਧਿਅਮ ਦੇ ਰਾਹੀਂ ਮਤਲਬ ਦੇਖ ਸਕਦੇ ਹੋਣ ਉਹ। ਤਾਂ ਉਹ ਫਿਲਮ 'ਤੇ ਜਿੰਨਾ ਕੁ ਅਸੀਂ ਪੈਸਾ ਲਾਇਆ ਉਹ 'ਚ ਸਾਨੂੰ ਜਿਹੜੇ ਸਾਡੇ ਕੈਨੇਡਾ 'ਚ ਕੁਛ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਚੰਗੀਆਂ ਫਿਲਮਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਉਹਨਾਂ ਨੇ ਸਾਡੀ ਕਾਫ਼ੀ ਮਦਦ ਕੀਤੀ। ਅਸੀਂ DVD ਜਿੱਦਾਂ 250-300 ਕਾਪੀ ਭੇਜਤੀ, ਉਹਨਾਂ ਨੇ $5 ਈਚ ਵੇਚੀ ਉਹ, ਅਤੇ ਉਹਦੇ ਨਾਲ ਸਾਡਾ ਕਾਫ਼ੀ ਸਾਰਾ ਫੰਡ ਰਿਕਵਰ ਹੋ ਗਿਆ। ਅਸੀਂ ਕੀ ਕੀਤਾ, ਅਸੀਂ ਪੰਜਾਬ 'ਚ ਜਿੱਦਾਂ 25 ਰੁਪਏ ਦੀ DVD ਸਾਨੂੰ ਕੋਸਟ ਕਰਦੀ ਸੀ, ਅਸੀਂ ਉੱਥੇ 20 ਰੁਪਏ ਦੀ ਦਿੱਤੀ, ਅਸੀਂ 5 ਰੁਪਏ ਹੋਰ ਕੋਲੋਂ ਪਾਏ। ਤਾਂ ਇੱਦਾਂ ਅਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਸਾਡੇ ਕੁਛ NRI ਸਪੋਰਟਰ ਨੇ ਜਿਨ੍ਹਾਂ ਨੂੰ ਲੱਗਦਾ ਕਿ ਅੱਛਾ ਕੰਮ ਪ੍ਰਮੋਟ ਕਰਨਾ ਚਾਹੀਦਾ, ਸਪੋਰਟ ਕਰਨਾ ਚਾਹੀਦਾ, ਉਹਨਾਂ ਨੇ ਸਾਨੂੰ ਕੁਛ ਪੈਸਾ ਇਕੱਠਾ ਕਰਤਾ ਜਿਹੜਾ ਉਹਨਾਂ ਲਈ ਵੱਡੀ ਗੱਲ ਨਹੀਂ ਸੀ, ਇੱਕ DVD $5 ਦੀ ਵੇਚਣੀ। ਪਰ ਸਾਨੂੰ ਉਹਦਾ ਫਾਇਦਾ ਇਹ ਹੋਇਆ ਕਿ ਅਸੀਂ ਜਿਹੜੀ ਪੰਜਾਬ 'ਚ ਜਿਨ੍ਹਾਂ ਜਿੱਥੇ ਲੋਕਾਂ ਕੋਲ ਪਰਚੇਜ਼ਿੰਗ ਪਾਵਰ ਘੱਟ ਹੈ, ਜਿੱਦਾਂ ਮੈਨੂੰ ਲੱਗਦਾ ਕਿ ਪਿੰਡਾਂ ਦੇ ਲੋਕਾਂ ਤੱਕ ਸਿਨੇਮਾ ਜਾਣਾ ਚਾਹੀਦਾ, ਉੱਥੇ ਅਸੀਂ 20 ਰੁਪਏ ਦੀ ਰੱਖੀ ਤਾਂ ਉਹਨਾਂ ਲਈ ਵੀ ਅਫੋਰਡੇਬਲ ਹੋ ਗਈ। ਤਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਹੈ, ਮੈਨੂੰ ਲੱਗਦਾ ਅਸੀਂ ਜੇ ਇਸ ਡਾਇਰੈਕਸ਼ਨ 'ਚ ਜ਼ਿਆਦਾ ਕੰਮ ਕਰੀਏ ਤਾਂ ਕੱਲ੍ਹ ਨੂੰ ਜਦੋਂ ਐਤਕੀ 40 ਮਿੰਟ ਦੀ ਫਿਲਮ ਬਣਾਈ ਸੀ, ਕੱਲ੍ਹ ਨੂੰ 60 ਮਿੰਟ ਦੀ 80 ਮਿੰਟ ਦੀ ਫਿਲਮ ਵੀ ਬਣ ਸਕਦੀ ਹੈ। ਅਤੇ ਜਿੱਦਾਂ ਇਹ ਅਸੀਂ ਸਿਰਫ ਸਾਡੇ ਕੈਨੇਡੀਅਨ ਦੋਸਤਾਂ ਨੇ ਹੈਲਪ ਕੀਤੀ, ਕੱਲ੍ਹ ਨੂੰ ਅਸੀਂ ਜਿਹੜੇ ਸਾਡੇ ਹੋਰ ਦੋਸਤ ਬਾਹਰ, ਹੁਣ ਮੈਨੂੰ ਬਹੁਤ ਫੋਨ ਕਰਦੇ ਨੇ ਦੋਸਤ ਕਿ ਕਦੇ ਵੀ ਲੋੜ ਹੋਵੇ ਅਸੀਂ ਅੱਗੇ ਆਵਾਂਗੇ, ਅਸੀਂ ਹੈਲਪ ਕਰਨਾ ਚਾਹੁੰਦੇ ਹਾਂ ਪੰਜਾਬੀ ਸਿਨੇਮੇ 'ਚ। ਤਾਂ ਮੈਨੂੰ ਇਹ ਲੱਗਦਾ ਕਿ ਪੰਜਾਬੀ ਚੰਗੇ ਸਿਨੇਮੇ ਦਾ ਜਿਹੜਾ ਭਵਿੱਖ ਆ ਉਹ ਸ਼ਾਰਟ ਫਿਲਮਾਂ 'ਚ ਹੈ, ਕਿਉਂਕਿ ਇੱਕ ਵਾਰੀ ਲੋਕਾਂ ਨੂੰ ਚੰਗੀਆਂ ਸ਼ਾਰਟ ਫਿਲਮਾਂ ਦੇਖਣ ਦੀ ਆਦਤ ਪਏਗੀ ਤਾਂ ਹੌਲੀ 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 ਉਹ ਫਿਰ ਜਿਹੜੀਆਂ ਫੀਚਰ ਲੈਂਦੀ ਦੀਆਂ ਫਿਲਮਾਂ ਤੱਕ ਵੀ ਜਾਏਗੀ। ਅਦਰਵਾਈਜ਼ ਫੀਚਰ ਲੈਂਦੀ ਦੀਆਂ ਫਿਲਮਾਂ 'ਚ ਕਿਉਂਕਿ ਬਹੁਤ ਸਾਰਾ ਪੈਸਾ ਇਨਵੋਲਵ ਹੁੰਦਾ, ਦੂਸਰਾ ਇੱਕ ਜਿਹੜਾ ਸਾਡਾ ਰਵਾਇਤੀ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹ ਵੱਡੀਆਂ ਫਿਲਮਾਂ 'ਚ ਤਾਂ ਉਹੀ ਹੈ, ਅਤੇ ਜਦੋਂ ਤੱਕ ਅਸੀਂ ਡਿਸਟ੍ਰੀਬਿਊਸ਼ਨ ਦੀ ਗੱਲ ਨਹੀਂ ਕਰਦੇ ਭਾਵੇਂ ਅਸੀਂ ਚੰਗੀਆਂ ਫਿਲਮਾਂ ਬਣਾ ਲਈਏ ਉਹ ਉਦੋਂ ਤੱਕ ਗੜਬੜੀ ਰਹਿਣੀ ਹੈ। ਅਤੇ ਡਿਸਟ੍ਰੀਬਿਊਸ਼ਨ ਜਿਹੜਾ ਸਿਸਟਮ ਆ ਉਹ ਕਮਰਸ਼ੀਅਲ ਸਿਨੇਮੇ ਨੂੰ ਮਤਲਬ ਉਹਦੇ ਅਕੋਰਡਿੰਗ ਆ ਉਹ। ਸੋ ਮੈਨੂੰ ਇਹ ਲੱਗਦਾ ਕਿ ਸ਼ਾਰਟ ਫਿਲਮਾਂ ਬਣਾਈਆਂ ਜਾਣ ਅਤੇ ਉਹਨਾਂ ਨੂੰ ਡਿਸਟ੍ਰੀਬਿਊਟ ਆਪਣੇ ਢੰਗ ਨਾਲ ਕੀਤਾ ਜਾਵੇ। ਜਿੱਦਾਂ ਹੁਣ ਸਾਡੀ ਆਤੂ ਖੋਜੀ ਹੈ, ਜਿੰਨੇ ਵੀ ਪੰਜਾਬ 'ਚ ਜਿਹੜੇ ਲੋਕ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਬੁੱਕ ਸਟਾਲ ਲਾਉਂਦੇ ਨੇ ਉਹਨਾਂ ਕੋਲ ਅਵੇਲੇਬਲ ਹੈ। ਉਸ ਤੋਂ ਇਲਾਵਾ ਅਸੀਂ ਜਿੱਦਾਂ ਯੂਨੀਵਰਸਿਟੀਜ਼ ਵਗੈਰਾ ਦੇ ਬੁੱਕ ਸਟਾਲ 'ਤੇ ਉੱਥੇ ਰੱਖੀ ਹੋਈ ਹੈ। ਉਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ 'ਚ ਲੋਕਾਂ ਨੇ ਅੱਜ ਕੱਲ੍ਹ ਪ੍ਰੋਜੈਕਟਰ ਲਿੱਤੇ ਹੋਏ ਨੇ, ਉਹਨਾਂ ਨੇ ਉਹ ਫਿਲਮ ਉੱਥੇ ਜਾ ਕੇ ਦਿਖਾਈ। ਉਸ ਤੋਂ ਇਲਾਵਾ ਅਸੀਂ ਛੋਟੇ ਛੋਟੇ ਫਿਲਮ ਫੈਸਟੀਵਲਾਂ 'ਚ ਦਿਖਾਈ ਅਤੇ ਉਸ ਤੋਂ ਇਲਾਵਾ ਜਿੱਦਾਂ DVD ਦੀ ਸੇਲ ਕੀਤੀ। ਸੋ ਅਸੀਂ ਨਾ ਇੱਕ ਅਲਟਰਨੇਟਿਵ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਮਤਲਬ ਇਵੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਬਹੁਤ ਜ਼ਰੂਰੀ ਹੈ ਚੰਗਾ ਸਿਨੇਮਾ ਬਣਾਉਣ ਦੇ ਨਾਲ, ਕਿਉਂਕਿ ਚੰਗਾ ਸਿਨੇਮਾ ਜੇ ਤੁਸੀਂ ਬਣਾ ਵੀ ਲਵੋ ਉਹ ਲੋਕਾਂ ਤੱਕ ਪਹੁੰਚੂਗਾ ਕਿਵੇਂ, ਇਹ ਗੱਲ ਸੋਚਣੀ ਅਤੇ ਮਤਲਬ ਸਮਝਣੀ ਬਹੁਤ ਜ਼ਰੂਰੀ ਹੈ। ਜਿਹੜਾ ਤੁਸੀਂ ਨਵਾਂ ਮੀਲ ਪੱਥਰ ਕੱਢਿਆ ਨਾਬਰ ਫਿਲਮ ਦੇ ਨਾਲ, ਥੋੜ੍ਹੀ ਜਿਹੀ ਆਪਾਂ ਉਹਦੇ ਚਰਚਾ ਕਰ ਲਈ ਕਿ ਨਾਬਰ ਫਿਲਮ ਦੇ ਬਾਰੇ ਸਾਨੂੰ ਕੀ ਦੱਸਣਾ ਚਾਹੋਗੇ? ਇਹ ਜਿਹੜਾ ਐਕਸਪੈਰੀਮੈਂਟ ਸੀ ਹਿਊਮਨ ਟ੍ਰੈਫਿਕਿੰਗ ਦੇ ਉੱਤੇ ਆਧਾਰਿਤ ਸਟੋਰੀ, ਇਹਦੇ ਬਾਰੇ ਸਾਨੂੰ ਕੀ ਦੱਸਣਾ ਚਾਹੋਗੇ? ਕਿਉਂਕਿ ਇਸ 'ਤੇ ਲਈ ਤੁਹਾਨੂੰ ਬਿਲਕੁਲ ਇਨਾਮ ਵੀ ਮਿਲਿਆ ਔਰ ਬੜੀ ਕਾਮਯਾਬ ਫਿਲਮ ਕਹੀ ਜਾ ਰਹੀ ਹੈ, ਇਸ ਪ੍ਰੋਸੈਸ ਬਾਰੇ ਕੀ ਤੁਹਾਡੇ ਅਨੁਭਵ ਕਿੱਦਾਂ ਦੇ ਰਹੇ? ਇਹ ਗੁਰਪ੍ਰੀਤ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ, ਮੈਨੂੰ ਜਿਹੜੇ ਕਰੈਕਟਰ ਲਾਈਫ 'ਚ ਸੰਘਰਸ਼ ਕਰਦੇ ਨੇ ਨਾ ਇਨਜਸਟਿਸ ਦੇ ਖਿਲਾਫ, ਉਹ ਮੈਨੂੰ ਬਹੁਤ ਜ਼ਿਆਦਾ ਅਪੀਲ ਕਰਦੇ ਆ। ਅਤੇ ਮੈਂ ਇੱਕ ਨਿਊਜ਼ ਆਈਟਮ ਪੜ੍ਹੀ ਸੀ ਬੋਂਬੇ ਦੇ ਕਿਸੇ ਅਖਬਾਰ ਦੇ ਵਿੱਚ, ਅਤੇ ਉਹ ਨਿਊਜ਼ ਆਈਟਮ ਇਹ ਸੀ ਕਿ ਬੋਂਬੇ 'ਚ ਹਾਈ ਕੋਰਟ ਨੇ 2 ਕਲਪ੍ਰਿਟ ਦੀ ਸਜ਼ਾ ਉਮਰ ਕੈਦ ਦੀ ਬਰਕਰਾਰ ਰੱਖੀ ਸੀ ਜਿਹੜੀ ਉਹਨਾਂ ਨੂੰ ਸੈਸ਼ਨ ਕੋਰਟ ਨੇ ਦਿੱਤੀ ਸੀ। ਅਤੇ ਵਰਡਿਕਟ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਇੰਸਟੀਟਿਊਟ ਲਾਇਰ ਨੇ, ਜਿਹੜੇ ਛਾਤਰ ਲਾਇਰ ਨੇ, ਉਹਨਾਂ ਨੇ ਬੜੇ ਸਾਰੇ
ਪਰ ਸਾਡੀ ਅਦਾਲਤ ਦੇ ਵਿੱਚ ਇੱਕ ਪਿਤਾ ਵਾ, ਜੱਜ ਨੇ ਕਿਹਾ ਸੀ, ਜਿਹਦੀਆਂ ਅੱਖਾਂ 'ਚ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਨਾਇਨਸਾਫ਼ੀ ਹੋਈ ਹੈ, ਅਤੇ ਇਸ ਕਰਕੇ ਅਸੀਂ ਇਹ ਦੋ ਬੰਦਿਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹਾਂ। ਤਾਂ ਮੇਰੇ ਦਿਮਾਗ 'ਚ ਇਹ ਹੈ ਕਿ ਉਹ ਪਿਤਾ ਜਿਹੜਾ ਪੰਜਾਬ ਦੇ ਕਿਸੇ ਪਿੰਡ 'ਚੋਂ ਉੱਠ ਕੇ ਆ ਕੇ ਬੰਬੇ ਤੱਕ ਸੰਘਰਸ਼ ਕਰਦਾ ਕਿ ਆਪਣੇ ਬੇਟੇ ਦੇ ਕਾਤਲਾਂ ਨੂੰ ਸਜ਼ਾ ਦਵਾਵੇ, ਤਾਂ ਮੈਨੂੰ ਲੱਗਿਆ ਕਿ ਉਹਦਾ ਸਫ਼ਰ ਕਿੱਦਾਂ ਦਾ ਹੋਏਗਾ, ਕਿਉਂਕਿ ਹੋ ਸਕਦਾ ਵਿਚਾਰਾ ਕਦੇ ਚੰਡੀਗੜ੍ਹ ਤੱਕ ਨਾ ਆਇਆ ਹੋਵੇ, ਕਦੇ ਦਿੱਲੀ ਤੱਕ ਨਾ ਆਇਆ, ਵੀ ਕਿਹੜੀ ਚੀਜ਼ ਨੇ ਉਹਨੂੰ ਇੰਨਾ ਅੰਦਰੋਂ ਸਟਰੋਂਗ ਕੀਤਾ ਕਿ ਉਹ ਬੰਬੇ ਤੱਕ ਆ ਕੇ ਫਾਈਟ ਕੀਤੀ ਉਹਨੇ। ਉਹ ਸਿਰਫ ਉਹਦੇ ਆਪਣੇ ਬੇਟੇ ਦੇ ਲਈ ਸੀ, ਜਾਂ ਉਹਨੂੰ ਇਹ ਲੱਗਦਾ ਸੀ ਕਿ ਜੇ ਮੈਂ ਫਾਈਟ ਨਹੀਂ ਕਰਾਂਗੇ ਕੱਲ੍ਹ ਨੂੰ ਕਿਸੇ ਹੋਰ ਦਾ ਵੀ ਨੁਕਸਾਨ ਪਹੁੰਚਾਉਣਗੇ, ਉਹ ਉਸ ਕਿਸਮ ਦੀ ਫਾਈਟ ਸੀ, ਜਾਂ ਕਿਹੜੀਆਂ ਫੋਰਸਿਸ ਸੀ ਜਿਨ੍ਹਾਂ ਨੇ ਉਹਨੂੰ ਇੰਨਾ ਸਟਰੋਂਗ ਕੀਤਾ ਕਿ ਉਹਨੇ ਆ ਕੇ 7-8 ਸਾਲ ਲਗਾਤਾਰ ਕੇਸ ਲੜਿਆ। ਫਿਰ ਮੇਰੇ ਦਿਮਾਗ 'ਚ ਇਹ ਵੀ ਗੱਲ ਆ ਗਈ ਕਿ ਫਿਰ ਮੁੰਡੇ ਦੀ ਮਦਰ ਦਾ ਕੀ ਹੋਇਆ ਹੋਏਗਾ, ਜੇ ਮੁੰਡੇ ਦੀ ਕੋਈ ਫਰੈਂਡ ਹੋਏਗੀ ਜਾਂ ਲਾਈਫ ਪਾਰਟਨਰ ਹੋਏਗੀ ਉਹਦਾ ਕੀ ਹੋਏਗਾ। ਜਦੋਂ ਫਿਰ ਮੈਂ ਇਹਨਾਂ ਸਵਾਲਾਂ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਕਾਫੀ ਸਾਰੀਆਂ ਚੀਜ਼ਾਂ, ਫਿਰ ਮੈਨੂੰ ਇਹ ਲੱਗਿਆ ਕਿ ਜਿਹੜੇ ਬੰਦੇ ਨੇ ਇਹ ਮਾੜਾ ਕੰਮ ਕੀਤਾ ਉਹਨਾਂ ਦੇ ਪਿੱਛੇ ਬੈਕਗਰਾਊਂਡ ਕੀ ਹੋਏਗੀ, ਉਹਨਾਂ ਦਾ ਸਪੋਰਟ ਸਿਸਟਮ ਕੀ ਹੋਏਗਾ। ਫਿਰ ਮੈਂ ਮਤਲਬ ਇਹ ਚੀਜ਼ਾਂ ਐਕਸਪਲੋਰ ਕਰਨੀਆਂ ਸ਼ੁਰੂ ਕੀਤੀਆਂ, ਮੇਰੇ ਪੰਜਾਬ ਦੀ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਅਤੇ ਫਿਰ ਮੈਂ ਇੱਕ ਜਿੱਦਾਂ ਸਟੋਰੀ ਇਵੋਲਵ ਕੀਤੀ। ਸਟੋਰੀ ਲਿਖਣ ਤੋਂ ਬਾਅਦ ਮੈਂ ਕਾਫੀ ਸਾਰੇ ਪ੍ਰੋਡਿਊਸਰਸ ਨੂੰ ਮਿਲਿਆ, ਸਾਰਿਆਂ ਨੂੰ ਲੱਗਿਆ ਕਿ ਯਾਰ ਸਟੋਰੀ ਤਾਂ ਬਹੁਤ ਹੀ ਡਿਫਰੈਂਟ ਹੈ, ਬਹੁਤ ਹੀ ਅੱਛੀ ਹੈ, ਬਟ ਬਹੁਤ ਸੀਰੀਅਸ ਹੈ, ਅਤੇ ਮੈਨੂੰ ਸਾਰੇ ਕਹਿੰਦੇ ਇਸ ਨੂੰ ਲਾਈਟ ਕਰ ਦਿਉ, ਇਹਨੂੰ ਆਹ ਕਰ ਦਿਉ, ਉਹਨੂੰ ਉਹ ਕਰ ਦਿਉ। ਮੈਂ ਕਿਹਾ ਵੀ ਸਟੋਰੀ ਤਾਂ ਇਹੀ ਰਹੇਗੀ, ਜੇ ਤੁਸੀਂ ਪ੍ਰੋਡਿਊਸ ਕਰਨਾ ਚਾਹੁੰਦੇ ਯੂਅਰ ਮੋਸਟ ਵੈਲਕਮ, ਜੇ ਨਹੀਂ ਕਰਨਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ। ਫਿਰ ਫਾਈਨਲੀ ਮੈਂ ਐਕਚੁਲੀ ਇੱਕ ਟੀ ਵੀ ਚੈਨਲ ਚੱਲਦਾ ਸੀਗਾ ਯੂਕੇ ਤੋਂ ਯੂਰਪ, 2006 ਤੋਂ 2008 ਚੈਨਲ ਪੰਜਾਬ ਉਹਦਾ ਨਾਂ ਸੀ, ਕਾਫੀ ਪਾਪੂਲਰ ਪੰਜਾਬੀ ਚੈਨਲ ਸੀ, ਮੈਂ ਉਹਦਾ ਹੈੱਡ ਆਫ ਪ੍ਰੋਗਰਾਮਿੰਗ ਸੀਗਾ, ਅਤੇ ਉਹਦੇ ਜਿਹੜੇ ਓਨਰਸ਼ਿਪ ਸੀਗੀ ਉਹ ਡੇਰੇਵਾਲਸ ਕੋਲ ਯੂਕੇ ਤੋਂ ਨੇ, ਇੱਕ ਫੈਮਿਲੀ, ਤਾਂ ਜਸਵੀਰ ਸਿੰਘ ਡੇਰੇਵਾਲ ਨੂੰ ਮੈਂ ਜਦੋਂ ਇਹ ਸਟੋਰੀ ਸੁਣਾਈ ਉਹਨਾਂ ਨੂੰ ਬਹੁਤ ਅੱਛੀ ਲੱਗੀ, ਅਤੇ ਉਹ ਕਹਿੰਦੇ ਮੈਂ ਰਾਜੀਵ ਜ਼ਰੂਰ ਇਹ ਫਿਲਮ ਪ੍ਰੋਡਿਊਸ ਕਰਾਂਗਾ। ਫਿਰ ਉਹਨਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ, ਅਸੀਂ ਫਿਲਮ ਬਣਾਈ। ਮੇਰਾ ਮਕਸਦ ਇਹ ਸੀਗਾ ਕਿ ਜਦੋਂ ਆਪਾਂ ਫਿਲਮ ਬਣਾਈਏ, ਫਿਲਮ 'ਚ ਮੇਰੇ ਲਈ ਸਬਜੈਕਟ ਜ਼ਿਆਦਾ ਇੰਪੋਰਟੈਂਟ ਹੁੰਦਾ, ਟੈਕਨੋਲੋਜੀ ਉਨੀ ਇੰਪੋਰਟੈਂਟ ਨੀਗੀ, ਅਤੇ ਮੈਨੂੰ ਇਹ ਸੀਗਾ ਕਿ ਆਪਾਂ ਬਜਟ ਕੰਟਰੋਲ ਕਰੀਏ, ਕਿਉਂਕਿ ਜੇ ਆਪਾਂ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਤਾਂ ਓਵਰਵੋਰਡ ਨਾ ਜਾਈਏ, ਤਾਂ ਅਸੀਂ ਕਾਫੀ ਕੋਸ਼ਿਸ਼ ਕਰਕੇ ਜਿਹੜੀਆਂ ਐਵਰੇਜ ਦੂਸਰੀਆਂ ਫਿਲਮਾਂ ਬਣਦੀਆਂ ਉਸ ਤੋਂ 1/3 ਪੈਸਿਆਂ 'ਚ ਫਿਲਮ ਬਣਾਈ ਹੈ। ਅਤੇ ਉਸ ਤੋਂ ਬਾਅਦ ਅਸੀਂ ਇਹ ਫਿਲਮ ਜਿੱਦਾਂ ਨੈਸ਼ਨਲ ਅਵਾਰਡ ਹੁੰਦੇ ਆ, ਉੱਥੇ ਇੱਕ ਜਿਊਰੀ ਹੁੰਦੀ ਹੈ ਜਿਹੜੀਆਂ ਫਿਲਮ ਸਿਲੈਕਟ ਕਰਦੀ ਹੈ, ਇੰਡੀਪੈਂਡੈਂਟ ਜਿਊਰੀ, ਅਸੀਂ ਅਪਲਾਈ ਕੀਤਾ ਅਤੇ ਇਸ ਸਾਲ ਦਾ ਅਵਾਰਡ ਸਾਨੂੰ ਮਿਲਿਆ। ਅਤੇ ਅਵਾਰਡ ਮਿਲਣ ਨਾਲ ਫਾਇਦਾ ਇਹ ਹੋਇਆ ਕਿ ਦੇਖੋ ਫਿਲਮ ਤਾਂ ਜਿਹੜੀ ਅਸੀਂ ਬਣਾਉਣੀ ਸੀ ਅਵਾਰਡ ਲਈ ਤਾਂ ਬਣਾਈ ਨਹੀਂ ਸੀ, ਉਹ ਤਾਂ ਮਤਲਬ ਅਸੀਂ ਜਿੱਦਾਂ ਮੈਨੂੰ ਕਰੈਕਟਰ ਨੇ ਇੰਸਪਾਇਰ ਕੀਤਾ ਅਤੇ ਮੈਨੂੰ ਲੱਗਿਆ ਕਿ ਰੀਅਲ ਲਾਈਫ ਸਟੋਰੀ ਹੈ, ਇਹਦੇ 'ਤੇ ਫਿਲਮ ਬਣਾਉਣੀ ਚਾਹੀਦੀ ਹੈ। ਬਸ ਨੈਸ਼ਨਲ ਅਵਾਰਡ ਦਾ ਫਾਇਦਾ ਇਹ ਹੋਇਆ ਕਿ ਫਿਲਮ ਦੀ ਅਵੇਅਰਨੈਸ ਕਾਫੀ ਹੋ ਗਈ, ਸੋ ਹੁਣ ਇਹ ਫਿਲਮ ਜ਼ਿਆਦਾ ਲੋਕਾਂ ਦੇ ਤੱਕ ਪਹੁੰਚ ਜਾਏਗੀ। ਅਤੇ ਮੈਨੂੰ ਇਹ ਵੀ ਲੱਗਦਾ ਕਿ ਜੇ ਇਹ ਫਿਲਮ ਨੂੰ ਲੋਕਾਂ ਨੇ ਜਿੰਨਿਆਂ ਨੇ ਵੀ ਸਕਰੀਨਿੰਗਸ ਵਗੈਰਾ ਦੇਖੀ ਹੈ, ਜਿੱਦਾਂ ਮੈਂ ਇੱਥੇ ਟੋਰੋਂਟੋ ਆਇਆ ਸੀ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2nd, ਉਹ 'ਚ ਕਲੋਜ਼ਿੰਗ ਫਿਲਮ ਦਾ ਮਾਣ ਉਹਨਾਂ ਨੇ ਸਾਨੂੰ ਦਿੱਤਾ 20 ਮਈ ਨੂੰ, ਉੱਥੇ 700 ਲੋਕਾਂ ਨੇ ਫਿਲਮ ਦੇਖੀ, ਸਾਰਿਆਂ ਨੂੰ ਬਹੁਤ ਅੱਛੀ ਲੱਗੀ, ਪੰਜਾਬ 'ਚ ਵੀ ਇੱਕ ਦੋ ਜਗ੍ਹਾ ਸਕਰੀਨਿੰਗ ਕੀਤੀ ਹੈ, ਉੱਥੇ ਵੀ ਲੋਕਾਂ ਨੂੰ ਅੱਛੀ ਲੱਗੀ ਹੈ। ਕੱਲ੍ਹ ਇੱਥੇ ਅਸੀਂ ਸਰੀ 'ਚ ਵੀ ਇੱਕ ਸਕਰੀਨਿੰਗ ਕਰ ਰਹੇ ਹਾਂ, ਬੇਸਿਕਲੀ ਸਕਰੀਨਿੰਗ ਤੋਂ ਜ਼ਿਆਦਾ ਡਿਸਕਸ਼ਨ ਦਾ ਸਾਡਾ ਮਕਸਦ ਹੈ ਇੱਥੇ, ਤੁਹਾਨੂੰ ਐਡਰੈਸ ਪਤਾ, ਯੂਨੀਵਰਸਿਟੀ ਕਰ ਰਹੇ ਹਾਂ। ਅਤੇ ਇਹੀ ਹੈ ਕਿ ਜੇ ਫਿਲਮ ਨੂੰ ਲੋਕ ਚੰਗਾ ਹੁੰਗਾਰਾ ਦੇਣਗੇ, ਜਿੱਦਾਂ ਇਹ ਫਿਲਮ ਅਸੀਂ ਜੁਲਾਈ 'ਚ ਇੱਥੇ ਰਿਲੀਜ਼ ਕਰ ਰਹੇ ਹਾਂ, ਤਾਂ ਹੋਰ ਬਹੁਤ ਸਾਰੇ ਲੋਕਾਂ ਦੇ ਲਈ ਰਸਤਾ ਖੁੱਲ੍ਹੇਗਾ ਜਿਹੜਾ ਚੰਗਾ ਪੰਜਾਬੀ ਸਿਨੇਮਾ ਬਣਾਉਣਾ ਚਾਹੁੰਦੇ ਨੇ। ਅਖੀਰ 'ਚ ਮੈਂ ਰਾਜੀ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਹੜਾ ਥੋੜ੍ਹਾ ਜਿਹਾ ਹਟ ਕੇ ਹੈ, ਨਾ ਉਹ ਤੁਹਾਡੇ ਨਾਲ ਡਾਇਰੈਕਟਲੀ ਤਾਲੁਕਾਤ ਰੱਖਦਾ, ਨਾ ਤੁਹਾਡੀ ਪ੍ਰੋਡਕਸ਼ਨ ਨਾਲ, ਪਰ ਇੱਕ ਸਧਾਰਨ ਸਵਾਲ ਹੈ ਜਿਹੜਾ ਇਸ ਸਮੇਂ ਕਾਫੀ ਧਿਆਨ ਮੰਗਦਾ ਸਾਡਾ ਸਾਰਿਆਂ ਦਾ। ਕਬੀਰ ਕਲਾ ਮੰਚ ਨਾਲ ਜੁੜੇ ਹੋਏ ਜਿਹੜੇ ਦਲਿਤ ਕਾਰਕੁਨ ਨੇ ਮਹਾਰਾਸ਼ਟਰ ਦੇ ਵਿੱਚ, ਉਹਨਾਂ ਨੂੰ ਇਸ ਵੇਲੇ ਮਾਓਵਾਦੀ ਗਰਦਾਨ ਕੇ ਜੇਲ੍ਹਾਂ 'ਚ ਤਾੜਿਆ ਗਿਆ। ਦੂਜੇ ਪਾਸੇ ਸੰਜੇ ਦੱਤ, ਉਹਦੀ ਵੀ ਕੁਛ ਰਲਦੀ ਮਿਲਦੀ ਕਹਾਣੀ ਹੈ, ਦਹਿਸ਼ਤਵਾਦ ਦਾ ਦੋਸ਼ ਲਾ ਕੇ ਉਹਨੂੰ ਸਜ਼ਾ ਹੋਈ ਹੈ, ਪਰ ਸੰਜੇ ਦੱਤ ਕਿਉਂਕਿ ਬਾਲੀਵੁੱਡ ਨੂੰ ਰਿਪ੍ਰੈਜੈਂਟ ਕਰਦਾ, ਉਸ ਕੇਸ ਨੂੰ ਕਾਫੀ ਜ਼ਿਆਦਾ ਲਾਈਮਲਾਈਟ ਮਿਲੀ ਮੀਡੀਆ ਦੇ ਵਿੱਚ, ਜਦੋਂ ਕਿ ਕਬੀਰ ਕਲਾ ਮੰਚ ਵਾਲੇ ਜਿਹੜੇ ਨਾਟਕਕਾਰ ਨੇ ਜਾਂ ਉਸ ਟੀਮ ਦੇ ਨਾਲ ਜੁੜੇ ਹੋਏ, ਉਹਨਾਂ ਨੇ ਖੁਦ ਗ੍ਰਿਫਤਾਰੀਆਂ ਦਿੱਤੀਆਂ ਔਰ ਕੌਨਸ਼ੀਅਸਲੀ ਉਹ ਲੜਾਈ ਲੜ ਰਹੇ ਨੇ, ਉਸ ਨੂੰ ਇੰਨੀ ਮੀਡੀਆ ਵਿੱਚ ਵੀ ਲਾਈਮਲਾਈਟ ਜਾਂ ਥਾਂ ਨਹੀਂ, ਸਪੇਸ ਨਹੀਂ ਮਿਲ ਰਹੀ। ਇਹ ਜਿਹੜਾ ਆਪਣੇ ਆਪ 'ਚ ਇੱਕ ਜਿਹੜਾ ਦੋ ਧਾਰਾਵਾਂ ਦਾ ਟਕਰਾਓ ਜਾਂ ਜੋ ਸਾਡੇ ਸਾਹਮਣੇ ਜਿਸ ਤਰ੍ਹਾਂ ਦੀ ਸਥਿਤੀ ਹੈ, ਉਹਦੇ ਬਾਰੇ ਤੁਸੀਂ ਇੱਕ ਸੰਵੇਦਨਸ਼ੀਲ ਫਿਲਮ ਨਿਰਦੇਸ਼ਕ ਹੁੰਦੇ ਨਾਲ ਤਾਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਇੰਡੀਆ 'ਚ, ਤਾਂ ਸਾਨੂੰ ਸਾਡੀ ਗੌਰਮੈਂਟ ਨੂੰ ਟੋਲਰੈਂਟ ਹੋਣਾ ਚਾਹੀਦਾ। ਜੇ ਕਿਸੇ ਦੇ ਵਿਚਾਰ ਜਿੱਦਾਂ ਗੌਰਮੈਂਟ ਚੱਲਦੀ ਹੈ ਉਸ ਤੋਂ ਅਲੱਗ ਨੇ, ਤਾਂ ਸਾਨੂੰ ਉਹਨਾਂ ਨੂੰ ਸਪੇਸ ਦੇਣੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਦਬਾਉਣਾ ਚਾਹੀਦਾ। ਇਹ ਤਾਂ ਗੱਲ ਹੋ ਗਈ ਕਬੀਰ ਕਲਾਵਾਂ ਚੜ੍ਹਨ ਦੀ। ਦੂਸਰੀ ਜਿਹੜੀ ਮੇਰੀ ਅਬਜ਼ਰਵੇਸ਼ਨ ਹੈ ਉਹ ਹੈ ਕਿ 1990 ਤੋਂ ਬਾਅਦ ਜਦੋਂ ਗਲੋਬਲਾਈਜੇਸ਼ਨ ਹੋਈ, ਸਾਰਾ ਕੁਛ ਓਪਨ ਹੋਇਆ,
ਉਦੋਂ ਇੱਕ ਨਵੀਂ ਕਲਾਸ ਪੈਦਾ ਹੋ ਗਈ, ਪ੍ਰਿਵਿਲੇਜਡ ਕਲਾਸ, ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ, ਅਤੇ ਉਹ ਇੱਕ ਅਪਰ ਮਿਡਲ ਕਲਾਸ ਜਿਹੜੀ ਆਈ ਹੈ, ਉਹ ਜ਼ਿਆਦਾਤਰ ਮੀਡੀਆ 'ਤੇ ਉਹਨਾਂ ਲੋਕਾਂ ਦਾ ਕਬਜ਼ਾ, ਜਾਂ ਉਹ ਦੇਖੋ ਕਬਜ਼ਾ ਤਾਂ ਬੇਸਿਕਲੀ ਜਿਹੜੇ ਕੈਪੀਟਲਿਸਟ ਨੇ, ਇੰਡਸਟਰੀਅਲਿਸਟ ਘਰਾਣੇ ਨੇ ਉਹਨਾਂ ਦਾ, ਪਰ ਜਿਹੜੀ ਵਰਕਫੋਰਸ ਆ ਉਹ ਇੱਦਾਂ ਦੇ ਲੋਕ ਨੇ, ਕਿਉਂਕਿ ਮੈਂ ਵੀ ਸਮਹਾਓ ਉਹਦਾ ਪਾਰਟ ਰਿਹਾ ਵਾਂ, ਅਤੇ ਉਹ ਜਿਹੜੀ ਉਹ ਫੋਰਸ ਆ ਉਹਨਾਂ ਦੀ ਐਮਪੈਥੀ ਨਹੀਂ ਗੀ ਆਮ ਲੋਕਾਂ ਦੇ ਨਾਲ, ਅਤੇ ਇਸ ਕਰਕੇ ਸੰਜੇ ਦੱਤ ਇੱਕ ਸਟਾਰ ਹੈ, ਅਤੇ ਓਬਵੀਅਸ ਜੀ ਗੱਲ ਹੈ ਉੱਥੇ ਉਹ ਲੋਕ ਕੰਮ ਕਰ ਰਹੇ ਨੇ ਜਿਨ੍ਹਾਂ ਲਈ ਸੰਜੇ ਦੱਤ ਜ਼ਿਆਦਾ ਇੰਪੋਰਟੈਂਟ ਹੈ, ਅਤੇ ਜਿਹੜੇ ਸਾਡਾ ਦੂਸਰਾ ਗਰੁੱਪ ਹੈ ਜਾਂ ਜਿਹੜੇ ਆਮ ਸਾਡੇ ਕਿਸਾਨ ਸੰਘਰਸ਼ ਕਰ ਰਹੇ ਨੇ ਜਾਂ ਸੁਸਾਈਡ ਕਰ ਰਹੇ ਨੇ, ਇਸ ਕਿਸਮ ਦੀ ਉਹ ਉਹਨਾਂ ਦੀ ਬੈਕਗਰਾਊਂਡ ਹੀ ਨਹੀਂ, ਇਸ ਕਰਕੇ ਉਹਨਾਂ ਨੂੰ ਚੀਜ਼ਾਂ ਇੰਪੋਰਟੈਂਟ ਨਹੀਂ ਲੱਗਦੀਆਂ. ਸੋ ਇਹ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਮੀਡੀਆ 'ਚ ਕਿਸ ਕਿਸਮ ਦੀ ਜਨਤਾ ਕੰਮ ਕਰ ਰਹੀ ਹੈ, ਅਤੇ ਉਹਨਾਂ ਨੇ ਓਬਵੀਅਸਲੀ ਉੱਦਾਂ ਹੀ ਰਿਐਕਟ ਕਰਨਾ ਜਿੱਦਾਂ ਉਹ ਕਰ ਰਹੇ ਨੇ. ਅਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਟੂਡੀਓ 'ਚ ਚੱਲ ਕੇ ਆਉਣ ਲਈ. ਆਪਣੇ ਵੱਲੋਂ ਕੋਈ ਗੱਲ ਕਹਿਣੀ ਚਾਹੋ, ਐਡ ਕਰਨੀ ਚਾਹੋ ਕਰ ਸਕਦੇ ਹੋ, ਜੇ ਕੋਈ ਗੱਲ ਪੁੱਛਣ ਮੈਂ ਖੁੰਝ ਗਿਆ ਹੋਵਾਂ. ਸੋ ਤੁਸੀਂ ਆਪਣੀ ਤਰਫੋਂ ਕੁਝ ਕਹਿਣਾ ਚਾਹੋ ਕਹਿ ਸਕਦੇ ਹੋ? ਬਿਲਕੁਲ ਜੀ, ਮੈਂ ਆਪਣੀ ਅਗਲੀ ਫਿਲਮ ਦੇ ਬਾਰੇ ਗੱਲ ਕਰਨਾ ਚਾਹਾਂਗਾ. ਮੈਂ ਅਗਲੀ ਫਿਲਮ ਬਣਾ ਰਿਹਾ, ਉਹਦਾ ਨਾਂ ਰਕਾਨਸ ਹੈ. ਰਕਾਨ ਮਤਲਬ ਪੰਜਾਬੀ 'ਚ ਅਕੋਰਡਿੰਗ ਟੂ ਮੀ ਇਹੋ ਜਿਹੀ ਔਰਤ ਲਈ ਵਰਤਿਆ ਜਾਂਦਾ ਜਿਹੜੀਆਂ ਦਲੇਰ ਹੁੰਦੀਆਂ, ਖੜ੍ਹਨ ਵਾਲੀਆਂ ਹੁੰਦੀਆਂ, ਐਟੀਟਿਊਡ ਵਾਲੀਆਂ ਹੁੰਦੀਆਂ. ਤਾਂ ਮੈਨੂੰ ਇਹ ਬਹੁਤ ਸਟਰੋਂਗਲੀ ਲੱਗਦਾ ਕਿ ਪੰਜਾਬੀ ਲਿਟਰੇਚਰ ਅਤੇ ਪੰਜਾਬੀ ਸਿਨੇਮੇ 'ਚ ਔਰਤਾਂ ਦੀ ਸਹੀ ਰੀਪ੍ਰਜੈਂਟੇਸ਼ਨ ਨਹੀਂ ਹੋਈ ਹਾਲੇ ਤੱਕ. ਔਰਤਾਂ ਨੂੰ ਬਸ ਸੱਜ ਸਵਰ ਕੇ ਮਤਲਬ ਦਿਖਾਇਆ ਜਾਂਦਾ ਕਿ ਦੋ ਮੁੰਡੇ ਇੱਕ ਕੁੜੀ ਦੇ ਪਿੱਛੇ ਪਏ ਹੋਏ ਨੇ, ਦੇਖੋ ਕਿਹਦੇ ਨਾਲ ਜਾਏਗੀ, ਇਸ ਕਿਸਮ ਦੀ ਗੱਲ, ਜਾਂ ਇੱਕ ਦੁਖਿਆਰੀ ਜੀ ਮਾਂ, ਵਿਧਵਾ ਮਾਂ ਵਾ, ਅਤੇ ਉਹਦੇ ਮੁੰਡੇ ਨੂੰ ਪ੍ਰੋਬਲਮਸ ਆ ਅਤੇ ਉਹ ਰੋਂਦੀ ਰਹਿੰਦੀ ਹੈ. ਪਰ ਪੰਜਾਬ 'ਚ ਮੈਨੂੰ ਇਹ ਲੱਗਦਾ ਔਰਤਾਂ ਸੁਸਾਇਟੀ 'ਚ ਬਹੁਤ ਚੰਗਾ ਕੰਮ ਕਰ ਰਹੀਆਂ ਨੇ, ਸੰਘਰਸ਼ ਕਰ ਰਹੀਆਂ ਨੇ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ, ਪਰਿਵਾਰ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ, ਸਮਾਜ ਨੂੰ ਬਿਹਤਰ ਬਣਾਉਣ ਲਈ. ਤਾਂ ਉਹਨਾਂ ਦੇ ਜਿਹੜੇ ਸਟਰੋਂਗ ਕਰੈਕਟਰਸ ਨੇ ਉਹ ਫਿਲਮਾਂ 'ਚ ਹਾਲੇ ਤੱਕ ਆਏ ਨਹੀਂ. ਤਾਂ ਮੇਰੀ ਰਕਾਨ ਫਿਲਮ ਦੇ ਵਿੱਚ ਮੈਂ ਚਾਰ ਔਰਤਾਂ ਦੀ ਕਹਾਣੀ ਲੈ ਕੇ ਆ ਰਿਹਾ ਇੱਕ ਫਿਲਮ 'ਚ, ਜਿਹਦੇ ਰਾਹੀਂ ਮੈਂ 84 ਰਾਈਟਸ ਡਿਸਕਸ ਕਰ ਰਿਹਾ, ਓਨਰ ਕਿਲਿੰਗ ਡਿਸਕਸ ਕਰ ਰਿਹਾ, ਡਰੱਗ ਅਬਿਊਜ਼ ਡਿਸਕਸ ਕਰ ਰਿਹਾ, ਪਲੱਸ ਜਿਹੜੀ ਸਰਕਾਰ ਧੱਕੇ ਨਾਲ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਮਲਟੀਨੈਸ਼ਨਲ ਕੰਪਨੀਆਂ ਨੂੰ ਦੇ ਰਹੀ ਹੈ, ਉਹਦਾ ਲੋਕ ਕਿਵੇਂ ਵਿਰੋਧ ਕਰ ਰਹੇ, ਇਹ ਵਿਸ਼ਾ ਵੀ ਮੈਂ ਲੈ ਕੇ ਆ ਰਿਹਾ. ਬਹੁਤ ਅੱਛਾ, ਸਾਡੀ ਸ਼ੁਭ ਇੱਛਾਵਾਂ ਤੁਹਾਡਾ ਰਾਜੀਵ, ਅਸੀਂ ਆਸ ਕਰਦੇ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ. ਬਹੁਤ ਬਹੁਤ ਸ਼ੁਕਰੀਆ. ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਦਰਸ਼ਕਾਂ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਦਾ ਮੌਕਾ ਦਿੱਤਾ. ਮਿਹਰਬਾਨੀ.